पागल माई, पागल हो गई है। ताना मेरे गुड़ों की थाई। माई गुड़ों चाहिए है। और एक शर्त ही बड़ी वड्डी। की? बहुत वड्डी शर्त है उदे वास्ते। की की की? तो गुड़ों चाहिए है। हाँ। उदे वास्ते पैसा चाहिए पैसा। पैसा? हाँ। पैसे? हाँ, ए, ए, ए ना, ओ भाई नहीं ना सामने, ओ हटी गया ला, ओ ले 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 पैसे कहते रोटी खा ले, ते, ते, तू ले, तू, तू, मेरे गुड़ों दास्ते। गुड़ों तेनू हर सूरत दागा मैं, क्योंकि गुड़ों मेरे कोले। अच्छा? और 15 रुपया जी गुड़ों? अरे मेरे दास्ते होने भाई ने। 15 रुपया जी गुड़ों नहीं आती, मैं 18 साल उन्हें पाले है, वड्डी की चाहत है, हूं मैं दे दिया। दे दे मेरे भाई नहीं ना। ओए नहीं तेनू गुड़ों देनी। गुड़ों दे दे। चल तेरे तो तरस आ गया माई। तू इतने बैठ, तो गुड़ो मैं दांगा। अच्छा ठीक है, इतने बैठ। ठीक है गुड़ो मैं ले आना। चल ठीक है, ले आ क्या, जल्दी ले आ क्या। हाय गुड़ो, मेरे गुड़ो, मेरे गुड़ो आएगी ना, बड़ा मजा आएगा। ओए गुड़ो कितने गई है? गुड़ो बखाने है, तू भी गौर नाल देख। दिखाओ ऐ इंज करके कान।
ਇੱਧਰ ਵੇਖ ਨਰਾਜ਼ ਬਾਂਦਰੀ ਮੈਨੂੰ ਬਾਂਦਰੀ ਕਹਿਣ ਦੇ ਮੈਂ ਤੁਹਾਨੂੰ ਨੌਂਦਰਾ ਮਾਰਤੀਆਂ ਨੇ ਤੈਨੂੰ ਕੰਨ ਫੜ ਕੇ ਦੱਸਣ ਰਿਹਾ ਤੂੰ ਪਰੇ ਮੂੰਹ ਕਰਕੇ ਬੈਠਾ ਅੱਛਾ ਕੰਨ ਫੜ ਵੀ ਲੈ ਨੇ ਸੋਈ ਯਾਰ ਕੰਨ ਫੜੇ ਨੇ ਝਾਗਾ ਦਿੱਤਾ ਇੱਧਰ ਧਿਆਨ ਕਰ ਪੂਰੀ ਤਰ੍ਹਾਂ ਟਾਈਮ ਦੇ ਕੰਨ ਫੜਨ ਤੋਂ ਪਹਿਲੇ ਸਭ ਤੋਂ ਪਹਿਲੇ ਆਪਣੇ ਦੋਵੇਂ ਹੱਥ ਬਾਹਰ ਕੱਢੀ ਦੇ ਨੇ ਮੰਗਣ ਵਾਸਤੇ ਔਰ ਨਹੀਂ ਬੇਵਕੂਫਾ ਫੌਰਨ ਉਹਨਾਂ ਨੂੰ ਪੁੱਠਿਆਂ ਕਰ ਲੈਣਾ ਪੁੱਠਿਆਂ ਯਾਨੀ ਕਿ ਹੱਥ ਕੋਈ ਚੀਜ਼ ਸੁੱਕੀ ਉਹ ਸੁੱਟ ਦਿੱਤੀ ਯਾਰ ਤੂੰ ਤਰੀਕਾ ਵੇਖ ਉਸ ਵਾਰ ਦੋਵੇਂ ਹੱਥ ਇੰਜ ਕਰਕੇ ਲੈ ਕੇ ਆਣੇ ਨੇ ਕਿੱਧਰ ਕਿੱਧਰ ਯਾਰ ਕੁਛ ਗੱਲਾਂ ਸਿਰਫ ਸਮਝਣ ਦੀਆਂ ਹੁੰਦੀਆਂ ਨੇ ਨਹੀਂ ਨਹੀਂ ਤੂੰ ਸਮਝਾਓ ਨਾ ਸਮਝਾਓਗੇ ਤਾਂ ਸਮਝਾਂਗੇ ਨਾ ਸਮਝਾਓਗੇ ਤਾਂ ਸਮਝਾਂਗੇ ਦੋਵੇਂ ਹੱਥ ਸੀ ਇੰਜ ਕਰਕੇ ਅੱਛਾ ਯਾਨੀ ਤਾਰੀ ਲਾਣੀ ਹੈ ਤਾਰੀ ਨਹੀਂ ਲਾਣੀ ਆਵਾਜ਼ ਆ ਰਹੀ ਏ ਦੋਵੇਂ ਹੱਥ ਇੰਜ ਪਿੱਛੇ ਕਿੱਧਰ ਉਹ ਕਿੱਧਰ ਤੈਨੂੰ ਦੱਸਣਾ ਫਿਰ ਲੱਤਾਂ ਤੋਂ ਵੀ ਖੋਲਦੀਆਂ ਨੇ ਇੰਜ ਕਰਕੇ ਭਾਵੇਂ ਥੱਲਿਓ ਰਕਸ਼ਾ ਗੁਜ਼ਰ ਜਾਵੇ ਲੋਕੀ ਕਹਿਣ ਹੈ ਇੱਕ ਮੋਰੀਆ ਭੁੱਲਿਆ ਹੈਗਾ ਜਦ ਕੰਨ ਫੜਨੇ ਸਿੱਖਣੇ ਕਿ ਨਹੀਂ ਮੈਨੂੰ ਦੱਸ ਅੱਛਾ ਤੁਸੀਂ ਸਿੱਖਦੇ ਹੋ ਓਏ ਮੈਂ ਸਿੱਖਦਾ ਨਹੀਂ ਕਿਸੇ ਨਹੀਂ ਤੁਸੀਂ ਸਿੱਖਦੇ ਹੋ ਤੁਸੀਂ ਸਿੱਖਦੇ ਮੈਂ ਤੁਹਾਨੂੰ ਮੁਸਲਮਾਨ ਹੀ ਸਮਝਦਾ ਸਾਂ ਮੈਂ ਸਿੱਖਦਾ ਨਹੀਂ ਆ ਅੱਛਾ ਹਾਂ ਮੁਸਲਮਾਨ ਹੀ ਆ ਤੂੰ ਗੌਰ ਕਰ ਜਰਾ ਇਹ ਦੋਵੇਂ ਹੱਥ ਇੱਥੇ ਲਿਆ ਕੇ ਤੁਸੀਂ ਇੱਥੇ ਆ ਜਾਣਾ ਅੱਛਾ ਇਹ ਡਿੱਗੀ ਉੱਚੀ ਕਰੋ ਇਹ ਡਿੱਗੀ ਉੱਚੀ ਹੋ ਹੀ ਨਹੀਂ ਸਕਦੀ ਵਜ੍ਹਾ ਤੇਰੀ ਮਾਂ ਇਹਦੇ ਵਿੱਚ ਸਮਾਨ ਰੱਖ ਗਈ ਹੈ ਅੱਛਾ ਫਿਰ ਤਾਂ ਗਾਂਧੀ ਹੋਣਾ ਹੈ ਜ਼ਾਹਰ ਹੈ ਅਗਲੀ ਨੇ ਥਾਂ ਥਾਂ ਤੇ ਪਾਇਆ ਹੈ ਪਹਿਲੀ ਮਾਂ ਦੀ ਅੱਛਾ ਜੀ ਇਹ ਦੋਵੇਂ ਹੱਥ ਇੱਥੇ ਲਿਆ ਕੇ ਇੱਕ ਆਵਾਜ਼ ਕੱਢਣੀ ਹੈ ਹੁੱਪ ਅੱਛਾ ਇਹ ਹੁੱਪ ਕਿਉਂ ਕੱਢਣੀ ਹੈ ਜੀ ਜ਼ੋਰ ਲੱਗਦਾ ਨਾ ਅੰਦਰੂਨੀ ਜ਼ੋਰ ਲੱਗਦਾ ਅੱਛਾ ਇੱਥੋਂ ਜ਼ੋਰ ਲੱਗਦਾ ਚੱਲ ਉੱਠ ਕੰਨ ਫੜ ਕਿੱਥੇ ਫੜਨੇ ਨੇ ਇੱਥੇ 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 ਹਾਂ ਚੱਲ ਉੱਥੇ ਬੇਬੇ ਤਾਂ ਬਣਾਈ ਹੋਈ ਇੱਥੇ ਫੜ ਲੈਣੇ ਇੱਥੇ ਇਹਦੇ ਕੀ ਹੈ ਚੱਲ ਜਿੱਥੇ ਮਰਜ਼ੀ ਫੜ ਲੈ ਫੜ ਫਟਾਫਟ ਕੀ ਮੁਰਗਾ ਬਣ ਮੁਰਗਾ ਆਹੋ ਅੱਛਾ ਦੇਸੀ ਬਣਨਾ ਵਲੈਤੀ ਇਹ ਕੋ ਫਰਕ ਹੁੰਦਾ ਹੈ ਆ ਵਲੈਤੀ ਦੀ ਪੂਛਣ ਉੱਚੀ ਹੁੰਦੀ ਹੈ ਤੂੰ ਫਿਰ ਵਲੈਤੀ ਬਣ ਜਾ ਮੈਂ ਆ ਵਲੈਤੀ ਬਣਨਾ ਵਲੈਤੀ ਓਏ ਮੁਰਗਾ ਬਾਣ ਲੜਨ ਵਾਲੇ ਆ ਚਿੜਿਆ ਮੁਰਗਾ ਬਾਣ ਮੈਨੂੰ ਚਿੜਾ ਕਹਿੰਦੇ ਹੋ ਯਾਨੀ ਐਡਾ ਵੱਡਾ ਸ਼ੇਰ ਤੁਹਾਨੂੰ ਚਿੜਾ ਨਜ਼ਰ ਆਉਂਦੇ ਆ ਅੱਲਾ ਮਾਫੀ ਦੇਵੇ ਅੱਛਾ ਚੱਲ ਇੰਜ ਕਰ ਤੂੰ ਚਰਗਾ ਬਣ ਆ ਚਾਹ ਚਰਗਾ ਨਹੀਂ ਬਣਾਗਾ ਮੈਂ ਕਿਉਂ ਐਵੇਂ ਹੀ ਪਾਗਲ ਮੈਂ ਚਰਗਾ ਬਣਾਗਾ ਚਰਗਾ ਬਣਨ ਚ ਕੀ ਹਰਜ ਹੈ ਨਹੀਂ ਨਹੀਂ ਮੈਂ ਚਰਗਾ ਨਹੀਂ ਬਣਨਾ ਕਿਉਂ ਨਾ ਭਾਈ ਚਰਗੇ ਚ ਕੱਪੜੇ ਲਾਣੇ ਪੈਂਦੇ ਨੇ ਤੁਹਾਡਾ ਕੀ ਮਸਾਲਾ ਲਾ ਕੇ ਸੀਰ ਤੇ ਚਾੜ ਦੇ ਉਹ ਇਧਰ ਆਫ ਚਾਹ ਦਾ ਕੱਪ ਲੈ ਕੇ ਆ ਚਾਹ ਨਾ ਪੀਣਾ ਕਿਉਂ ਅੱਜ ਕੱਲ੍ਹ ਮੱਝਾਂ ਨੂੰ ਟੀਕੇ ਲੱਗਦੇ ਨੇ ਦੁੱਧ 'ਚ ਜ਼ਹਿਰ ਆਉਂਦਾ ਹੈ ਇਹਦਾ ਮਤਲਬ ਹੈ ਚਾਹ ਮੇਰੇ ਵਾਸਤੇ ਮੁਜ਼ਰ ਹੈ ਹਾਂਜੀ ਤੁਸੀਂ ਅੰਨੇ ਹੋ ਜਾਓਗੇ ਚਾਹ ਪੀਓਗੇ ਤੇ ਲੋਕੀ ਤੁਹਾਨੂੰ ਕੀ ਕਹਿਣਗੇ ਵੇ ਅੰਨੀ ਦਿਆ ਆਹੋ ਹਾਂਜੀ ਤੂੰ ਇਸ ਤਰ੍ਹਾਂ ਕਰ ਫੇ ਖਾਲੀ ਕੱਪ ਔਰ ਪਿਰਚ ਲੈ ਆ ਜੀ ਮੈਂ ਸੁੜ ਕੇ ਮਾਰ ਮਾਰ ਕੇ ਜ਼ਰਾ ਸਕੂਨ ਹਾਸਲ ਕਰ ਲਾਂ ਜਲਦੀ ਲੈ ਕੇ ਆ ਮਲਿਕ ਸਾਹਿਬ ਕਿੱਧਰ ਗਏ ਕਹਾਂ ਚਲੇ ਗਏ ਸ਼ਕੀਲਾ ਮਲਿਕ ਸਾਹਿਬ ਰਾਣੀ ਘਰ ਦੇ ਮਲਿਕ ਸਾਹਿਬ ਹੈਗੇ ਨਹੀਂ ਅਭੀ ਕਹਾਂ ਚਲੇ ਗਏ ਉਹ ਤੁਹਾਡੇ ਪਿੱਛੇ ਗਿਆ ਸੀ ਸਾਰੇ ਓਹੋ ਮਲਿਕ ਸਾਹਿਬ ਕੌਣ ਆਇਆ ਅਭੀ ਪੁਰਾਣੇ ਆਏ ਨੇ ਇੰਨੀ ਦੂਰੋਂ ਤੁਸੀਂ ਕੁਝ ਨਹੀਂ ਖਿਆਲ ਕਰੋ ਓਏ ਲਾ ਝੂਠ ਨਾ ਬੁਲਾਵੇ ਤੇ ਕੁੜੀ ਕੋਕਬ ਨਹੀਂ ਹਾਂਜੀ ਕੋਕਬ ਆਪਣੀ ਸ਼ਕੀਲਾ ਦੀ ਸਹੇਲੀ ਜੀ ਜੀ ਇੰਗਲੈਂਡ ਤੋਂ ਆਈ ਹੈ ਹਾਂਜੀ ਹਾਂਜੀ ਕੀ ਹਾਲ ਹੈ ਹੈਲੋ ਅੰਕਲ ਹਾਏ ਕੁਈ ਯੂ ਸ਼ਕੀਲਾ ਆਈ ਸਫਦਰ ਐਂਡ ਯੂ ਆਈ ਆਹੋ ਠੀਕ ਹੈ ਕਿਆ ਕਹਿ ਰਹੇ ਅੰਕਲ ਆਪ ਕੀ ਆਈ ਹੋਈ ਕਿਆ ਕਹ ਲਗੇ ਮੈਂ ਆਪ ਆਈ ਅੰਗਰੇਜ਼ੀ ਬੋਲਣ ਦੇ ਅਸੀਂ ਬੜੀ ਅੰਗਰੇਜ਼ੀ ਬੋਲੀ ਦੀ ਇੱਥੇ ਤੂੰ ਸੁਣਾ ਇੰਗਲੈਂਡ ਤੋਂ ਸਿਰਫ ਅੰਗਰੇਜ਼ੀ ਸਿੱਖੀ ਹੈ ਜਾਂ ਉੱਥੋਂ ਦੇ ਕੰਮ ਵੀ ਸਿੱਖੇ ਹੈ ਅੰਕਲ ਮੈਂ ਬਹੁਤ ਕੁਝ ਸਿੱਖਿਆ ਹੈ ਕੀ ਮੈਂ ਡਰਾਈਵਿੰਗ ਸਿੱਖੀ ਹੈ ਸਿਲਿੰਗ ਸਿੱਖੀ ਹੈ ਬ੍ਰਿਟਿਸ਼ਨ ਦਾ ਪੋਲਿਸ ਹੈ ਚਾਈਨੀਜ਼ ਖਾਣੇ ਕਾਫੀ ਵਗੈਰਾ ਸਿੱਖਾ ਮੈਂ ਬੱਲੇ ਬਈ ਬੱਲੇ ਇਹ ਕੁੜੀ ਤੇ ਬਲੈਤੋਂ ਪੂਰੀ ਬਲੈਤੀ ਹੋ ਕੇ ਆਈ ਹੈ ਬਈ ਹਾਂਜੀ ਤੁਸੀਂ ਉੱਥੋਂ ਦੇ ਉੱਥੇ ਹੀ ਹਾਂ ਨਾ ਖਿਆ ਕਰ ਸਾਡੇ ਨਾਲ ਕਿਉਂ ਉੱਥੋਂ ਦੇ ਉੱਥੇ ਹੀ ਅਸੀਂ ਪਾਕਿਸਤਾਨੀ ਬਾਪੇ ਆ ਤੇ ਅੜੇ ਭੈੜੇ ਹੁੰਨੇ ਆ ਨਹੀਂ ਅੱਡਾ ਰਵਾਜ ਪਾਣਾ ਸਾਡੇ ਨਾਲ ਕੀ ਮਤਲਬ ਹੈ ਓਏ ਤੂੰ ਦੱਸ ਤੂੰ ਠੀਕ ਆ ਨਾ ਵੀ ਕੁੜੀਏ ਥੈਂਕ ਯੂ ਅੰਕਲ ਮੇਰਾ ਮਤਲਬ ਹੈ ਜੈਸਾ ਦੇਸ਼ ਵੈਸਾ ਭੇਸ ਤੁਹਾਨੂੰ ਪਤਾ ਪਾਕਿਸਤਾਨ ਕਿਉਂ ਆਈ ਹੈ
ਜ਼ਾਹਰ ਹੈ ਉੱਥੇ ਕਾਲੇ ਤੰਗ ਕਰਦੇ ਹੋਣਗੇ ਹਰ ਵਕਤ ਫਰਕੀ ਜ਼ਿਹਨ ਰੱਖਣਾ ਚੱਲ ਜਾ ਕੰਮ ਕਰ ਕਿਉਂ ਉਹਦੇ ਅੱਪਾ ਜੀ ਕਿਸੇ ਪਾਕਿਸਤਾਨੀ ਨਾਲ ਉਹਦਾ ਵਿਆਹ ਕਰਨਾ ਚਾਹੁੰਦੇ ਨੇ ਅੱਛਾ ਤੇ ਉਹਨਾਂ ਨੇ ਸ਼ਾਹਿਦ ਤੋਂ ਪਸੰਦ ਕੀਤਾ ਸੀ ਇਹਨੇ ਇਨਕਾਰ ਕਰ ਦਿੱਤਾ ਬਈ ਸ਼ਾਦੀ ਤੋਂ ਤੂੰ ਕਿਉਂ ਇਨਕਾਰ ਕੀਤਾ ਕੁੜੀ ਅੰਕਲ ਜਿਸ ਕੇ ਨਾਲ ਮੈਨੇ ਜ਼ਿੰਦਗੀ ਗੁਜ਼ਾਰਨੀ ਹੈ ਦੇਖੇ ਬਗੈਰ ਇਤਨਾ بڑا ਫੈਸਲਾ ਲੋਕਰ ਨੋਟ ਐਟ ਆਲ ਉੱਪਰ ਕੁੜੀਏ ਤੀਆਂ ਦੀ ਸ਼ਾਦੀ ਦਾ ਫੈਸਲਾ ਕਰਨਾ ਮਾਪੇ ਦਾ ਫਰਜ਼ ਹੁੰਦਾ ਹੁਣ ਤੂੰ ਪੁੱਛੇਂਗੀ ਮੈਂ ਆਪਣੀ ਬੇਟੀ ਸ਼ਕੀਲਾ ਦਾ ਵਿਆਹ ਕਿਉਂ ਨਹੀਂ ਕੀਤਾ ਵਾਈ ਅੰਕਲ ਵੀ ਇਸ ਕਰਕੇ ਕਿ ਚਾਹਨਾ ਮੈਂ ਕਿ ਪਹਿਲੇ ਮੇਰਾ ਵਿਆਹ ਹੋਵੇ ਉਸ ਤੋਂ ਬਾਅਦ ਸ਼ਕੀਲਾ ਦੀ ਮਾਂ ਆ ਕੇ ਉਹਦੇ ਹੱਥ ਪੀਲੇ ਕਰੇ ਮੇਰੀ ਗੱਲ ਸੁਣੋ ਜੇ ਤੁਹਾਡਾ ਵਿਆਹ ਨਹੀਂ ਹੋਇਆ ਤੇ ਫਿਰ ਸ਼ਕੀਲਾ ਵਿਆਹ ਮੇਰਾ ਹੋਇਆ ਸੀ ਹਾਂ ਬੁੱਢੀ ਮੇਰੀ ਮਰ ਗਈ ਅੱਛਾ ਅੱਛਾ ਮਰ ਗਈ ਹੈ ਹਾਂ ਉਹ ਮਰ ਗਈ ਹੈ ਹਾਂ ਹੁਣ ਇਨਸ਼ਾਅੱਲਾ ਤੇਰੀ ਵਾਰੀ ਹੈ ਤੇਰੇ ਮਗਰ ਆ ਮੈਂ ਕੁਲਫੀਏ ਬਈ ਗੱਲ ਇਸ ਤਰ੍ਹਾਂ ਕਿ ਇਹੀ ਰਵਾਇਤਾਂ ਜਿਹੜੀਆਂ ਮਸ਼ਰਕ ਨੂੰ ਜ਼ਿੰਦਾ ਕਰਕੇ ਬੈਠੀਆਂ ਅਗਰ ਜੇ ਅਸੀਂ ਕਰਦੇ ਮਗਰਬ ਦੀ ਨਕਲ ਤੇ ਸਾਡੀ ਸੁਸਾਇਟੀ ਦਾ ਮੂੰਹ ਵੀ ਇੱਕ ਨਸੂਰ ਬਣ ਜਾਣਾ ਸੀ ਨੋ ਅੰਕਲ ਜ਼ਮਾਨਾ ਬਦਲ ਗਿਆ ਹੈ ਜ਼ਮਾਨਾ ਬਦਲ ਗਿਆ ਨਾ ਹੱਥ ਚੁੱਕ ਲੈ ਮੇਰੀ ਕਮੀਜ਼ ਨਾ ਬਦਲਵਾ ਦੇਈ ਹੱਥ ਚੁੱਕ ਲੈ ਕੁੜੀਏ ਤੈਨੂੰ ਨਹੀਂ ਪਤਾ ਤੂੰ ਆਈ ਆ ਬਾਹਰੋਂ ਸਾਡੀ ਜਾਨ ਤੇ ਬਣ ਜਾਂਦੀ ਆ ਅੰਕਲ ਕੀ ਹੋ ਰਿਹਾ ਹੈ ਖੁਦਾ ਦਾ ਵਾਸਤਾ ਹੀ ਹੱਥ ਚੁੱਕ ਲੈ ਮੇਰੀ ਤੇ ਧੁੰਨੀ ਵੀ ਖਿੱਚੀ ਗਈ ਚੁੱਕ ਹੱਥ ਇਥੋਂ ਉਹ ਲੋਕ ਚੰਨ ਤੇ ਲੈਂਡ ਕਰ ਚੁੱਕੇ ਆ ਹਾਂ ਜੀ ਲੋਕੀ ਚੰਨ ਤੇ ਪਹੁੰਚ ਗਏ ਨੇ ਅਸੀਂ ਅਜੇ ਤੱਕ ਥੱਲੇ ਹੀ ਦੁਆਵਾਂ ਮੰਗੀ ਜਾਣ ਦੇ ਯਾ ਅੱਲਾ ਖੈਰ ਦਾ ਚਾੜੀ ਔਰ ਹਮ ਅਭੀ ਤੱਕ ਕੋਈ ਖੜੇ ਜਾਂ ਸੇ ਚਲੇ ਥੇ ਟੈਲ ਮੀ ਅੰਕਲ ਮੈਂ ਉਸ ਲੜਕੀ ਸੇ ਕੈਸੀ ਸ਼ਾਦੀ ਕਰ ਸਕਤੀ ਹੂੰ ਜਿਸ ਸੇ ਮੈਨੇ ਦੇਖਾ ਨਹੀਂ ਇੰਪੋਸੀਬਲ ਅੰਕਲ ਬਿਲਕੁਲ ਠੀਕ ਕਹਿਣ ਰਹੀ ਅਭੀ ਕੁੜੀ ਇਹ ਸਾਡੇ ਵੇਲੇ ਹੁੰਦੇ ਸੀਗੇ ਨਾ ਕੁੜੀ ਨੇ ਮੁੰਡੇ ਨੂੰ ਵੇਖਿਆ ਹੁੰਦਾ ਸੀ ਨਾ ਮੁੰਡੇ ਨੇ ਕੁੜੀ ਨੂੰ ਉਹ ਕੁੰਡ ਚੁੱਕਣੇ ਤੇ ਪਤਾ ਲੱਗਣਾ ਜਾਂ ਤਿੰਨ ਕਾਣੇ ਜਾਂ ਪੌਂ ਬਾਰਾ ਅੱਜ ਕੱਲ ਦੇ ਕੁੜੀ ਮੁੰਡੇ ਅੱਲਾ ਮਾਫੀ ਦੇਵੇ 10-10 ਸਾਲ ਅੰਡਰਸਟੈਂਡਿੰਗ ਹੁੰਦੀ ਰਹਿੰਦੀ ਹੈ ਉਹ ਫਿਰ ਬੱਚੇ ਕਹਿੰਦੇ ਨੇ ਅੱਬਾ ਆਪ ਸ਼ਾਦੀ ਕਰ ਲੈ ਨਾ ਕਿਆ ਕਰ ਰਹੇ ਬੇਸ ਨਾ ਕਰੋ ਥੱਕੀ ਆਈ ਉਹਨੂੰ ਆਰਾਮ ਕਰਨ ਦਿਓ ਆਏ ਥੱਕੀ ਆਈ ਆ ਚੱਲ ਕੁੜੀਏ ਤੂੰ ਉੱਤੇ ਚੱਲ ਕੇ ਆਰਾਮ ਕਰ ਇਹ ਸ਼ਕੀਲਾ ਦੇ ਨਾਲ ਦਾ ਕਮਰਾ ਤੇਰਾ ਅੱਛਾ ਅੰਕਲ ਓਕੇ ਮਾਸ਼ਾਅੱਲਾ ਕੁੜੀ ਆਂਦੀ ਵੀ ਚੰਗੀ ਲੱਗੀ ਸੀ ਜਾਂਦੀ ਵੀ ਚੰਗੀ ਲੱਗਣ ਦੀ ਹਿਆ ਕਰ ਕਵਰ ਚ ਤੇਰੀਆਂ ਲੱਤਾਂ ਨੇ ਮੂੰਹ ਤੇ ਹਲੇ ਬਾਹਰ ਹੀ ਹੈ ਨਾ ਚਿੱਟਾ ਝਾਟਾ ਤੇ ਆਟਾ ਖਰਾਬ ਆਏ ਆਟਾ ਖਰਾਬ ਆ ਗੁੰਨ ਕੇ ਠੀਕ ਕਰਦੇ ਫਿਰ ਤੈਨੂੰ ਤਾਂ ਜ਼ਰਾ ਸ਼ਰਮ ਹਜਾ ਨਹੀਂ ਤੇਰੀਆਂ ਤੀਆਂ ਸ਼ਰਮ ਹਜਾ ਨਹੀਂ ਆਂਦੀ ਮੈਂ ਇੱਥੇ ਨਹਾਣ ਡਿਆ ਮੈਂ ਤੇਰੀਆਂ ਤੀਆਂ ਵਰਗੀ ਆ ਤੀਆਂ ਵਰਗੀ ਹੈ ਨਾ ਵਰਗੀ ਚ ਬੜਾ ਮਾਰਜਨ ਹੁੰਦਾ ਚੱਲ ਬੰਦਿਆ ਉੱਥੇ ਬਹਿ ਕੇ ਜ਼ਰਾ ਚਾਹ ਦਾ ਕੱਪ ਪੀ ਆਰੇ ਬਾਰੇ ਤੇਰਾ ਪੀੜਾ ਤਰ ਜਵੇਗਾ ਇਹ ਅੰਦਰ ਆਏ ਨਾ ਅਖਬਾਰ ਵਾਲੇ ਆ ਜੀ ਬਲਾ ਸਾਹਿਬ ਕੀ ਹਾਲ ਹੈ ਲਾਂਤੀ ਐਡੀ ਦੂਰੋਂ ਅਖਬਾਰ ਮਾਰੀ ਜੇ ਮੇਰੀ ਅੱਖ ਚ ਵੱਜਣ ਦੀ ਕੌਣ ਜ਼ਿੰਮੇਦਾਰ ਸੀ ਸ਼ੁਕਰ ਕਰੋ ਮੈਂ ਅਖਬਾਰ ਮਾਰੀਏ ਹਾਂ ਮੌਕੇ ਕਿ ਦੂਸਰੇ ਦਾ ਹੱਕ ਮਾਰੇ ਨੋ ਦਾ ਨਹੀਂ ਪਤਾ ਚੱਲ ਜਾ ਕੰਮ ਕਰ ਹੱਕ ਮਾਰਨ ਦੇ ਖਾਲੀ ਅਖਬਾਰ ਮਾਰਿਆ ਲਗੇ ਤੇ ਚਿੱਟ ਸੀ ਉਹਦੀ ਆ ਕੇ ਵੱਜ ਗਈ ਸ਼ੁਕਰ ਕਰੋ ਤੁਸੀਂ ਇੱਟਾ ਮਾਰਨ ਦੇ ਮੈਂ ਇੱਥੇ ਮਕਾਨ ਬਣਾਉਣ ਦੇ ਆ ਲਾਂਤੀ ਆਦਮੀ ਐਲਾ ਜਰਾ ਕੋਈ ਖਬਰ ਪੜ ਕੇ ਸੁਣਾ ਚੰਗੀ ਜੀ ਆਪੇ ਪੜੋ ਮੈਂ ਕਿਉਂ ਪੜਾ ਉਹ ਮੇਰੀ ਨਜ਼ਰ ਦੀ ਐਨਾ ਕੰਦਰ ਆ ਬੇਟਾ ਮਾਂ ਦੀ ਫੋਟੋ ਛਪ ਗਈ ਤੈਨੂੰ ਕੀ ਖਬਰ ਸੁਣਾ ਤੂੰ ਮਜ਼ੇ ਲੈਣ ਦੇ ਆ ਯਾਰ ਸੁਰਖੀਆਂ ਸੁਰਖੀਆਂ ਮੈਂ ਪੜਨ ਲਗਾ ਹਾਂ ਪਾਊਡਰ ਤੁਸੀਂ ਆਪੇ ਲਾ ਲੈਣਾ ਸੁਣਾ ਅੱਜ ਦੀ ਤਾਜ਼ਾ ਖਬਰ ਹਾਂ ਛੱਟਾ ਲਾ ਕੇ ਸੁਣਾ ਦੇ ਲੈ ਇੱਕ ਨੌਜਵਾਨ ਆਦਮੀ ਲੜਕੀਆਂ ਕੇ ਕਾਲਜ ਕੇ ਸਾਹਮਣੇ ਪੂੰਡੀ ਕਰਤਾ ਹੋਆ ਪਕੜਾ ਗਿਆ ਲੜਕੀਆਂ ਨੇ ਉਸਕੀ ਬੜੀ ਪਟਾਈ ਕੀ ਚੰਗਾ ਕੀਤਾ ਮਲਕ ਸਾਹਿਬ ਹਾਂ ਕਾ ਉਹਦਾ ਹੁਲੀਆ ਵੀ ਲਿਖਿਆ ਮਲਕ ਸਾਹਿਬ ਪੜ ਕੇ ਸੁਣਾ ਨਾ ਉਸਨੇ ਲਾਲ ਰੰਗ ਕਾ ਖੁੱਸਾ ਔਰ ਮਹਿਰੂਨ ਕਲਰ ਕਾ ਸੂਟ ਔਰ ਸਫੇਦ ਮੂਛੇ ਹੈ ਇਹ ਮੇਰੇ ਕੱਪੜੇ ਪਾ ਕੇ ਕੌਣ ਛੇੜਦਾ ਰਿਹਾ ਉਹ ਕੋਈ ਚੱਜ ਦੀ ਖਬਰ ਪਾੜ ਰਿਹਾ ਲਾਂਤੀ ਆ ਆਹਾ ਇਹ ਸਹੀ ਖਬਰ ਮਲਕ ਸਾਹਿਬ ਕੀ ਇੱਕ ਬੀਵੀ ਨੇ ਆਪਣੇ ਆਸ਼ਨਾ ਕੇ ਸਾਥ ਮਿਲ ਕੇ ਖਾਮਦ ਕੋ ਸਭ ਕੁਝ ਬਤਾ ਦਿਆ ਉਹਦਾ ਹੁਲੀਆ ਵੀ ਲਿਖਿਆ ਮਲਕ ਸਾਹਿਬ ਕੀ ਉਸਕੀ ਸਫੇਦ ਮੂਛੇ ਮਹਿਰੂਨ ਕਲਰ ਦਾ ਸੂਟ ਔਰ ਲਾਲ ਰੰਗ ਦਾ ਖੁੱਸਾ ਹੈ ਇਹ ਸਾਰੀਆਂ ਖਬਰਾਂ ਮੇਰੇ ਤੇ ਛਪੀਆਂ ਹਨ ਇਹ ਆਪੇ ਪੜੋ ਮੈਨੂੰ ਹੀ ਕਹਿੰਦੇ ਫਿਰ ਪੜੋ ਆਪੇ ਪੁੱਠੀਆਂ ਪੁੱਠੀਆਂ ਖਬਰਾਂ ਪੜ ਕੇ ਸੁਣਾਉਂਦੇ ਆ
आहा, ये खबर चंगी है भाई। केड़ी? बाजारे हुसन में आग लग गई, ताड़ा घर ते सड़ गया होना। बाजारे हुसन में आग लग गई, फायर ब्रिगेड के अमले ने आग पर काबू पा लिया, अब अमले पे काबू नहीं पड़ रहा। की हो गया खबर आप पढ़ते हो तो बड़ा? की की मतलब? उतरी उतरी सुर्खी पढ़ो। हाँ 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 एक लिमिटेड खुसरे का कहना है मैं तेरे नाल नाल रहना है। खुसरे ने महंगाई से तंग आकर मस्जिद के गले से पैसे निकालने की कोशिश की कि राहगीर ने उसकी चीखे निकाल दी। बेटा खुसरे नु कुछ नहीं कहना, तेनू नहीं पता की होया। खुसरे कौम की अमानत है, इन्हें बुजुर्गों की पहुंच से दूर रख। तबीयत ज्यादा खराब हो तो अड्डे सर जू करे। आगे खबर पढ़। लो मौलवी साहब ताड़े सुनने वाली खबर जी। सुना बेटा। एक मालिक ने अपने घर में अखबार फेंकने वाले को अपनी बेटी का रिश्ता दे दिया। उन्हें आगे भी एक खबर लिखी है। केड़ी? एक अखबार बेचने वाला अपने मालक का ही बेटा निकल आया। मैं तो आड़ा पुत्र हूँ। मैंनू की पता मान कुछ जाके। मैं किड़िया जी खबर मल साहब। भई खबर चंगी है। इंज दे ब्याह होन लग जान ते नौकर मालक दा फर्क मिट जावे। साडा मुल्क भी तरक्की करे। अखबार रखो फिर। हाँ। मैंनू रिश्ता दियो मौत पैंदी है। हाँ। निकल अब। निकल जा। बड़ा तेरा चुप्पी अंबी वर्गा मुंह। 50 नोट कीता। किथे? मालक पागल ही है। देखो यार की हो गया अजकल दे मुंडिया नू। आहा, ऑस्ट्रेलिया में 9 महीने का बच्चा पैदा हुआ, दाई मौके पर ही हलाक। अल्लाह का शुक्र है जे फोटो नहीं छापी उन्होंने। फिल्मी इश्तेहार वेख बंदे आ, फिल्मी इश्तेहार। ओ तेरा बे, एक ते पश्तो फिल्मा दे इश्तेहारा ने मत मारी ही है। मान पश्तो फिल्म का इश्तेहार इंज लगता जिम्मे कड़े मुद्दे मारे। मैं तो भाई पश्तो फिल्म वेखते ही नहीं, कोई फायदा नहीं फिल्म वेखन का। सारे ही गाने परे नू मूंह करके याद। ये रेशम कुड़ी मैं बड़ी चंगी लगती है। मान रेशम इस मुल्क च जहाद कर रही है, महंगाई के खिलाफ जहाद कर रही है, थोड़े थोड़े कपड़े पा के। बहुत चंगी गल। हाँ भाई, दहशत गर्दी से मुतासरा इलाकों में फौरी अपरे। मिठा ठीक है? मिठा ठीक है? मैं लवाट रही हूँ। मिठा ठीक है? मिठा ठीक है, मेरे तो चेक करन दे, भूल साड़ते मेरे। मिठा ठीक है? ठीक है। माशाल्लाह, लगता नहीं कुत्ती पिकनिक ते आई। सिद्धी तरह कहता मेरी मां पिकनिक ते आई हुई है। बेटा तू इंज चाह ना पिया कर। हाँ। तू अपने दोवी पंजे कप ते अड़ा के ना। अच्छा। मुड़ के इंज इंज चुंज ना टोम 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 जे काट हो जांदे रोड़े पा लो। हां चाह पी के बाद मीह मंगन डे विच वड़ के चट विच वड़ते जावा किधर फांसी ना जावा। दस लो दस लो फटाफट फटाफट नस के आओ नस के आओ। पता कि तो के अंदर थले लगा बेटा मैं कला ही नहीं करो करिए हाल है। कोई भी नहीं सारे कुआरे बैठे हुए ने। बेटा
ਮਲਾਨਾ ਭੇਜਣਾ ਕਿ ਲੋਕੀ ਕਿ ਮੈਂ ਤੂੰ ਚੜ ਕੇ ਚਲਾ ਜਾਵਾਂਗਾ ਮੈਂ ਤੇ ਲੈਣਾ ਨਹੀਂ ਤੂੰ ਬੰਦੇ ਤੁਹਾਡੇ ਕੋਲ ਕੰਮ ਨਹੀਂ ਦੇਗਾ ਮੈਂ ਤੇ ਨਾਲ ਲਵਾਂਗਾ ਕਿਉਂ ਭਾਈ ਜਾਨ गुडियां लुटन आली छोटी सवेर दा सीना सड़न दिया तुसी सीने ते बर्फ बनो मेरे सीने ते पित निकली है मैं बर्फ बनना कितनी प्यारी जोड़ी लग रही दूरों नौ नंबर सिलाई है माशाल्लाह कोल खलोता बहुत सोहना लगन रहा है आए हाय लगता ईद का दिन है चंगड़ भैन ना फोटो लवाना आया है तुसी भैन कह जा सी अंदरो बगैर हां क्यों जान हां हां चूसनी वरगा मुंह है तुम्हारा हैं जी बड़ा चूसनी वरगा मुंह है तुम्हारा चूसनी वरगा मुंह है अच्छा जी एनु बोतल दे लागे दूध पियो चूसनी वरगा मुंह है ओए इंग्लैंड तो मेहमान आए बड़िया चल दया जो चल दया ना तो फिर जाना मुश्किल हो जाता है वैसे ना मुंह कितना प्यारा लगता नहीं पाशा भी आ गया बदतमीजी करन दे शकीला दी सहेली अपनी बेटी शकीला दी अच्छा अच्छा हाय हेलो हाय इट्स इन लाइक बस सी वो रेज द वन देयर आई वर नॉट अ विजुअल आई गॉट फॉर रेज द वन देयर वाओ 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 बोले साहब एना दा मुंह ऐसा नहीं लगदा जिवें समोसे से चटनी लगी हुई है बेटा बाबियां दा रोजा ही खुलाओ बाबियां दा रोजा तुहाडा एवें ही खुलाई है असी नहीं अठ पैरा रखिया होया तेरे वास्ते बेटा खजूरां सुकाईयां तेरा ओदे नाल खुलावांगे लै खजूरां सुकाईयां हाय हाय हाउ यू डू डिकम डिकम डोया डू जीवे तेरा मां पियो जिने एडा सोहना काम विखाया ओधर वेख किसे ने मगरों ही लाया नहीं नहीं ठीक ठाक है चप्पा चप्पा जानना मैं तुहानु ओ विखावां अपना ओ वेखे तुसी मकबरा रावी दे परे रावी दे परे रावी दे परे ते आई करके ऐसा निकल के ते आई करके आई यादगार आंदा है यादगार तो निकल के रावी दे पार पा जंगीरे दा केड़ा जंगीरा तू पहले दा पियो नहीं पा जंगीरा चाची नूर जा भी उथे ही है आओ खाओ तू परेशान ना हो
ਇੱਥੇ ਕਾਰ 'ਚ ਹਰ ਬੰਦਾ ਅੰਗਰੇਜ਼ੀ ਬੋਲਦਾ। ਹਾਂਜੀ ਬੰਦੇ ਤੇ ਬੰਦੇ, ਇਸ ਕਾਰ ਦੇ ਕੁੱਤੇ ਵੀ ਅੰਗਰੇਜ਼ੀ ਬੋਲਦੇ ਔਰ ਸਮਝਦੇ ਨੇ। ਹਾਂਜੀ ਹਾਂ ਕਿਸੇ ਆ ਸਿਟ ਡਾਊਨ ਹੈਲੋ ਅਮਾ ਸਾਹਿਬ ਤੁਸੀਂ ਜਾਤੀ ਉਹਦੇ ਹਲ ਵੇ ਇਹ ਕੁੜੀ ਤੇ ਅੱਜ ਕੱਲ ਮੇਰੇ ਖਾਬਾਂ 'ਚ ਆਣ ਲੱਗ ਗਈ ਹੈ ਮਾਂ। ਅੱਛਾ ਰਾਤੀ ਮੇਰੇ ਖਾਬ 'ਚ ਆਈ ਹੈ। ਅੱਛਾ ਐਡੀ ਸੋਹਣੀ ਲੱਗਣ ਡਈ ਸੀ। ਅੱਛਾ ਚਿੱਟੇ ਰੰਗ ਦਾ ਇਹਨੇ ਸੂਟ ਪਾਇਆ ਹੋਇਆ, ਹੁਣ ਵੀ ਪਾਇਆ ਹੋਇਆ, ਹਾਂ ਮੋਤੀਏ ਦੇ ਹਾਰ। ਅੱਛਾ ਇਹਦੇ ਨੱਕ 'ਚ ਵੀ ਰੂੰ ਸੀ, ਕੰਨ 'ਚ ਵੀ ਰੂੰ। ਇਹਨੂੰ ਕਬਰਸਤਾਨ ਲੈ ਗਏ, ਸਾਰੇ ਮੁਰਦੇ ਨਿਕਲ ਕੇ ਬਾਹਰ ਆ ਗਏ। ਕੀ ਹਰ ਮੁਰਦਾ ਇਹੀ ਕਵੇ ਭਾਜੀ ਇੱਧਰ ਹੀ ਪਾ ਦਿਓ, ਇੱਧਰ ਹੀ ਪਾ ਦਿਓ। ਕੀ ਕਰਦੇ ਹੋ? ਉਹ ਫਿਰ ਮੈਂ ਕਿਹਾ, ਮੈਂ ਕਿਹਾ ਯਾਰ ਇਸ ਜਗ੍ਹਾ ਤੇ ਦਫਨਾਉਣਾ, ਫਿਰ ਮੈਂ ਵੀ ਇੱਥੇ ਹੀ ਆਣਾ। जाए नाम क्या आपका? कोकब। कोकब आवाज कितनी प्यारी है आपकी। आ चलिए आराम ना जाना, इतने पूंडियां आम होंगे ने, उर्दू जी पूंडी होंदी, पंजाबी जी पूंडी होंदी है। ਇਹ ਤੁਸੀਂ ਹੋ ਜਵਾਨ ਪੂੰਡ। ਜੀ 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 ਅਸੀਂ ਬਾਬੇ ਪੂੰਡ ਛੂੰਡ ਕੋਈ ਨਹੀਂ, ਅਸੀਂ ਕਾਬਲੀ ਪੂੰਡ, ਤੁਸੀਂ ਕਰਦੇ ਹੋ ਪੂੰਡੀ, ਅਸੀਂ ਪੂਰਾ ਪੂਰਾ ਖੱਖਰ ਹੀ ਕਰ ਜਾਈਦਾ। ਮੈਂ ਕਿਹਾ ਤੁਸੀਂ ਪਾਨ ਖਾਧਾ ਹੋਇਆ? ਆਹੋ ਬੜੀ ਜ਼ਬਾਨ ਲਾਲ ਹੋਈ ਹੋਈ। ਮੈਂ ਕਿਹਾ ਆਪਣੀ ਧੀ ਦੇ ਵਿਆਹ ਦੇ ਮੁਤਾਬਕ ਵੀ ਸੋਚਿਆ? ਯਾਰ ਉਹਦੇ ਬਾਰੇ ਮੈਂ ਬੜਾ ਪਰੇਸ਼ਾਨ ਹਾਂ, ਉਹਦੇ ਹੱਥ ਪੀਲੇ, ਹੁਣ ਕਿਵੇਂ ਕਰਾਂ, ਉਹਨੂੰ ਯਰਕਾਨ ਵੀ ਨਹੀਂ ਹੋਣ ਡਿਆ। ਠੀਕ ਕੀ ਕਰਾਂ ਯਾਰ, ਤੂੰ ਕੋਈ ਮਸ਼ਵਰਾ ਦੇ। ਵੀ ਇਹਦਾ ਮੁੰਡਾ ਫੜੋ, ਇਦਾਂ ਕੁੜੀ ਫੜੋ, ਵਿਆਹ ਕਰ ਦਿਓ। ਤੇਰੀ ਖੈਰ ਹੋ ਜਾਵੇ, ਮੁੰਡਾ ਕੁੜੀ ਵੀ ਲੈ ਜਾਵੇ, ਘਰ ਦੀ ਜਾਇਦਾਦ ਵੀ ਲੈ ਜਾਵੇ, ਮੈਂ ਹੋਟਲਾਂ ਤੇ ਬਗੈਰ ਤੜਕਿਓ ਦਾਲ ਖਾਂਦਾ ਫਿਰਾਂ। ਵਾਹ ਲਓ ਜੀ ਆਈਡੀਆ। ਕੀ? ਮੂੰਹ ਸੁੱਟੋ, ਇਹ ਆਹ ਸੁੱਟੋ। ਲਓ ਜੀ ਮੁੰਡਾ ਘਰ ਜੋ ਆਈ ਲੱਭੋ। ਅੱਛਾ ਜੀ ਜਾਇਦਾਦ ਵੀ ਇੱਥੇ ਰਹੇਗੀ? ਹਾਂ ਦੋਨਾਂ ਮੀਆਂ ਵੀ ਕਮਰੇ 'ਚ ਹੀ ਰਹਿਣਗੇ, ਤੁਸੀਂ ਉਹਨਾਂ ਨੂੰ ਡਿਸਟਰਬ ਕਰਨਾ, ਉਹ ਡਿਸਟਰਬ ਹੋਣਗੇ ਤੇ ਤੁਹਾਡਾ ਵਿਆਹ ਕਰ ਦੇਣਗੇ। ਲੇਕਿਨ ਮੁੰਡਾ ਐਸਾ ਹੋਵੇ ਜਿਹੜਾ ਤੁਹਾਡਾ ਦੇਖਿਆ ਪਾਲਿਆ ਹੋਵੇ, ਘਰ ਦਾ ਕੰਮ ਜਾਣਦਾ ਹੋਵੇ, ਭਾਵੇਂ ਪਤਲਾ ਹੀ ਹੋਵੇ ਤੇ ਕੋਈ ਐਸੀ ਤਨਖਾਹ ਵੀ ਨਾ ਹੋਵੇ, ਭਾਵੇਂ ਨੱਕ ਵੀ ਭਾਵੇਂ ਲੰਬੀ ਹੋ ਜਾਵੇ। ਨੱਕ ਵੀ ਭਾਵੇਂ ਲੰਬੀ ਹੋ ਜਾਵੇ, ਮੈਂ ਕੁੜੀ ਦਾ ਵਿਆਹ ਕਰਨਾ, ਕੰਧ 'ਚ ਮੋਰੀਆਂ ਨਹੀਂ ਕਰਵਾਉਣੀਆਂ, ਨੱਕ ਵੀ ਲੰਬੀ। ਵੈਸੇ ਇਹਨੂੰ ਮਸ਼ਵਰਾ ਚੰਗਾ ਦਿੱਤਾ ਵੀ, ਘਰ ਜਵਾਈ ਆਏਗਾ ਮੈਂ ਉਹਨਾਂ ਨੂੰ ਤੰਗ ਕਰਾਂਗਾ, ਧੀ ਤੇ ਜਵਾਈ ਅੱਕ ਕੇ ਮੇਰਾ ਵਿਆਹ ਕਰਾ ਦੇਣਗੇ। ਵੈਰੀ ਗੁੱਡ। ਮੁੰਡਾ ਫਿਰ ਦੇਖਿਆ ਭਾਲਿਆ ਹੋਣਾ ਚਾਹੀਦਾ। ਤੈਨੂੰ ਕਾਹਦੇ ਸ਼ੋਕ ਚੜੇ? ਕਿਉਂ ਮੈਨੂੰ ਛਪਾ ਕੇ ਨਿਕਲੀ ਹੋਈ? ਤੂੰ ਵਿਆਹ ਨਾ ਕਰਵਾ ਬੇਵਕੂਫਾ, ਤੇ ਹਕੀਕਾ ਕਰਾ ਦਿਓ। ਹਾਂ ਉਹ ਸੋਚਾਂਗੇ। ਲੈ ਵੀ ਹੁਣ ਇਹ ਫਾਈਨਲ ਹੋ ਗਿਆ ਕਿ ਮੁੰਡਾ ਘਰ ਜੋ ਹੀ ਹੋਣਾ। ਠੀਕ ਹੈ, ਬਿਲਕੁਲ ਠੀਕ ਹੈ। ਹਾਂਜੀ ਚਾਹ ਦਾ ਕੱਪ ਮੈਨੂੰ ਅੰਦਰ ਹੀ ਦੇ ਦਿਓ। ਅੱਛਾ ਜੀ ਯਾ ਅੱਲਾ ਖੈਰ ਕਰੀ। ਲਾ 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 ਰੇ ਰੇ ਮਾਂ ਪਿਓ ਕੋਈ ਜ਼ਰੂਰੀ ਹੈ?
अपने ਵਿਆਹ ਦੇ ਮੁਤਾਲਕ ਕੀ ਸੋਚ ਮੈਂ ਵਿਆਹ ਕਰਨਾ ਹੀ ਨਹੀਂ ਮੈਨੂੰ ਜ਼ਾਤ ਜ਼ਿੰਦਗੀ ਚੰਗੀ ਲੱਗਦੀ ਦਫਾ ਕਰਾ ਵਿਆਹ ਮੈਂ ਲੋਕਾਂ ਦੇ ਵਿਆਹ ਕਰਾਣੀ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਕਹਿੰਦੀ ਚਲੋ ਕਿਸੇ ਧੀ ਭੈਣ ਦਾ ਤੇ ਘਰ ਵਸੇ ਨਾ ਮੇਰੀ ਕਿਹੜੀ ਗੱਲ ਹੈ ਨਾਲ ਮੈਨੂੰ ਵਸਣ ਦੀ ਆਦਤ ਹੀ ਨਹੀਂ ਮੈਂ ਕਈ ਵਾਰੀ ਟਰਾਈ ਕੀਤੀ ਹੈ ਮੇਰੇ ਕੋ ਨਹੀਂ ਹੁੰਦਾ ਮੇਰੇ ਕੋਲ ਕੰਮ ਹੀ ਨਹੀਂ ਹੁੰਦਾ ਮੈਨੂੰ ਭਾਈ ਲੱਗਦੇ ਬੜੇ ਜ਼ਹਿਰ ਨੇ ਲੈ ਵਰਦੀ ਜਈ ਓਹੇ ਜਈ ਟੰਗੀ ਜਾ ਦਫਾ ਨਹੀਂ ਨਾ ਛੇ ਛੇ ਮਹੀਨੇ ਵਾਲਾ ਕਰ ਲਿਆ ਕਰ ਮੈਂ ਨਹੀਂ ਮੈਂ ਗਈ ਐ ਵੀ ਕੰਮ ਠੀਕ ਨਹੀਂ ਉਹ ਵੀ ਕਰ ਲਾਂਗੇ ਜਦੋਂ ਜੰਗ ਲੱਗੇਗੀ ਜੰਗ ਚ ਜਾਇਆ ਸੀ ਉਹ ਫੇ ਉਹ ਤਿੰਨ ਤਿੰਨ ਮਹੀਨੇ ਦੇ ਹੁੰਦੇ ਨੇ ਨਹੀਂ ਤੁਹਾਡੇ ਚ ਤੇ ਦਿਨਾਂ ਦਾ ਹੁੰਦਾ ਹੀ ਸਾਡੇ ਤੋਂ ਬੜਾ ਪੁੰਨ ਨਹੀਂ ਤੁਹਾਡੇ ਕੀ ਉਤੋਂ ਆਏ ਨੇ ਨਹੀਂ ਸਾਰੇ ਹੀ ਇੱਥੋਂ ਆਏ ਨੇ ਫੇਰ ਸਾਡੇ ਸਾਡੇ ਕੀ ਕਹਿਣੀ ਹੈ ਸਾਰੇ ਇੱਕੋ ਜਿਹੇ ਨੇ ਅਸੂਲ ਸਾਰਿਆਂ ਦੇ ਕਿਹੜੇ ਅਸੂਲ ਤਿੰਨ ਤਿੰਨ ਮਹੀਨੇ ਸਾਰਿਆਂ ਦੇ ਹੁੰਦੇ ਨੇ ਵੇ ਨਹੀਂ ਹੁੰਦੇ ਤਿੰਨ ਤਿੰਨ ਮਹੀਨੇ ਜੰਗ ਵਿੱਚ ਤੇ ਮਹੀਨਾ ਮਹੀਨਾ ਵੀ ਹੋ ਜਾਂਦਾ ਮੈਂ ਤਾਂ ਕਾਦੀ ਲੜਾਈ ਕਰਨ ਦੇ ਮਲਕ ਸਾਹਿਬ ਨੂੰ ਬੁਲਾ ਉਹ ਮਲਕ ਸਾਹਿਬ ਨੂੰ ਛੱਡ ਮੇਰੇ ਨਾਲ ਮਲਕ ਸਾਹਿਬ ਹਾਂਜੀ ਹਾਂ ਨਿਕਲੋ ਕੀ ਹੋ ਗਿਆ ਯਾਰ ਕੌਣ ਆਲੋ ਹਾਏ ਹਾਏ ਤੜਫਾ ਵੇਖੋ ਮਲਕ ਸਾਹਿਬ ਨੇ ਹਾਂਜੀ ਮੈਨੂੰ ਤਾਂ ਲੱਗਦਾ ਮੁਸਰਾ ਸ਼ਾਹੀ ਦਾ ਬੇਟਾ ਹੁਣ ਸਹੀ ਕਿਹਾ ਸਾਈ ਜੀ ਸਾਈ ਜੀ ਤੁਹਾਡੀ ਬੇਟੀ ਦਾ ਰਿਸ਼ਤਾ ਲੈ ਕੇ ਆਈ ਆ ਅੱਛਾ ਜੀ ਬੜਾ ਅੱਛਾ ਲੜਕਾ ਅਫਸਰ ਜੀ ਅੱਗੇ ਬਹਿ ਕੇ ਵੈਗਨ ਚਲਾਉਂਦਾ ਕੱਲਾ ਅੱਗੇ ਬਹਿ ਕੇ ਕੱਲਾ ਹੀ ਵੈਗਨ ਚਲਾਉਂਦਾ ਕੱਲਾ ਹੀ ਚਲਾ ਲੈਂਦਾ ਜੇ ਸਾਰੀ ਵੱਡੀ ਵੈਗਨ ਲੇਕਿਨ ਮੈਨੂੰ ਤੁਸੀਂ ਤੇ ਟੈਕਸੀ ਨਹੀਂ ਚਲਾ ਸਕਦੇ ਹਾਂ ਮੈਂ ਬਸ ਆਪਣੇ ਚਲਾਉਣ ਵਾਸਤੇ ਸਾਈਕਲ ਸੂਕਲ ਰੱਖੀ ਉਹੀ ਮੈਂ ਚਲਾ ਲੈਂਦਾ ਔਰ ਸਾਈਕਲ ਨਹੀਂ ਬਗੈਰ ਗੱਦੀ ਦੀ ਰੱਖੀ ਹੋਈ ਹੈ ਮਰ ਜਣੇ ਤੇਰੀ ਸਾਈਕਲ ਹੈ ਫੇਰ ਤਾਂ ਕੋਈ ਤਰੇ ਤੇ ਵੀ ਲੈ ਜਾਂਦਾ ਹੋਵੇਗਾ ਆਹੋ ਮੈਂ ਕਿਹਾ ਜੀ ਬਣਾਉਂਦੇ ਆ ਤੇਰੇ ਤੇਰੀ ਬੇਟੀ ਦਾ ਰਿਸ਼ਤਾ ਲੈ ਆਂਦਾ ਹੁਣ ਜਲ ਜਲਦੀ ਵਿਆਹ ਕਰ ਲੈ ਓਏ ਵਿਆਹ ਤੇ ਮੈਂ ਕਰ ਲਾਂ ਲੇਕਿਨ ਦੇਖ ਕੁੜੀਏ ਮੈਨੂੰ ਮੁੰਡਾ ਚਾਹੀਦਾ ਬੜਾ ਤੁਹਾਡੇ ਵਾਸਤੇ ਨਹੀਂ ਵੇਖਿਆ ਤੁਹਾਡੀ ਬੇਟੀ ਨਹੀਂ ਵੇਖਿਆ ਤਾਂ ਤਾਂ ਕੋਈ ਮੁੰਡਾ ਇਸ ਘਰ ਨਹੀਂ ਜਾਂਦਾ ਨਹੀਂ ਨਹੀਂ ਮੈਂ ਬੇਟੀ ਆਸੀ ਕਹਿਣ ਰਿਹਾ ਅੱਛਾ ਲੇਕਿਨ ਬੇਟੀ ਦਾ ਵਿਆਹ ਤੇ ਹੋ ਜਾਏਗਾ ਪਹਿਲੇ ਦਫਾ ਥੁੱਕਾ ਸੁੱਟਣ ਦੇ ਮਾਰ ਦੇ ਇਹ ਜਿਹੜਾ ਮੂੰਹ ਚ ਟਿਸ਼ੂ ਪੇਪਰ ਖਾਵੇ ਅਮਾਨ ਨਾਲ ਮੈਨੂੰ ਤੁਸੀਂ ਇਹ ਮੂੰਹ ਚ ਰੱਖ ਕੇ ਗੱਲ ਕਰੋ ਮੈਂ ਛੱਡ ਪਰਾਂ ਐ ਨਾ ਰੱਖ ਤੂੰ ਇਸ ਤਰ੍ਹਾਂ ਕਰ ਮੂੰਹ ਖੁਸ਼ ਕਰਨਾ ਨਾ ਨੱਕ ਚ ਨੂੰ ਦੇ ਖਿੱਚ ਖਿੱਚ ਕੇ ਸਾਹ ਲਏਗਾ ਤਾਂ ਖੁਸ਼ ਹੋਏਗਾ ਮੂੰਹ ਮੈਨੂੰ ਚਾਹੀਦਾ ਜਿਹੜਾ ਮੁੰਡਾ ਉਹ ਘਰ ਜੁਆਈ ਘਰ ਜੁਆਈ ਆ ਨਹੀਂ ਤੇ ਤੁਹਾਡੀ ਮੁਸੀਬਤ ਪਈ ਹੋਈ ਹੈ ਮੈਂ ਕੀ ਕਰਾਂ ਤੂੰ ਦੇਖੋ ਮੈਂ ਜਿੱਥੇ ਵੀ ਜਾਂਦੇ ਆ ਕੋਈ ਵੀ ਮਾਂ ਆਪਣੀ ਧੀ ਦੇਣ ਨੂੰ ਤਿਆਰ ਨਹੀਂ ਤਰ ਸੌਰੀ ਓਹੋ ਕੋਈ ਗੱਲ ਨਹੀਂ ਛੱਡ ਤੂੰ ਉਹਨਾਂ ਦੇ ਰਿਸ਼ਤੇ ਆਪਣੇ ਬਾਰੇ ਸੋਚ ਇਹਦੇ ਬਾਰੇ ਕਿੰਨਾ ਸੋਚਿਆ ਕਰੋ ਮਰ ਜਾਣਿਓ ਮੈਂ ਨਹੀਂ ਕਰਨਾ ਵਿਆਹ ਇੰਜ ਨਾ ਟਰਿਆ ਕਰ ਨਾਰਾ ਆਪਸ ਵੱਜਣ ਲੱਗ ਜਾਂਦੀਆਂ ਮਨ ਤੁਹਾਨੂੰ ਇਹ ਤਾਂ ਮੈਂ ਤਰਫਾ ਪਾਣਾ ਸਦਕੇ ਜਾਵਾਂ ਆਏ ਹਾਏ ਮਾਰ ਛੱਡੇਗੀ ਤੂੰ ਮੈਨੂੰ ਮੇਰਾ ਤੇ ਜੀ ਕਰਦਾ ਸਾਰੇ ਮਰ ਜਾਓ ਮੈਂ ਕੱਲੀ ਫੇਰਾ ਮੈਨੂੰ ਘਬਰਾ ਹੀ ਕੋਈ ਨਾ ਹੋਵੇ ਕੱਲੀ ਫੇਹੀ ਮੈਂ ਕਿਹਾ ਖਾਲੂ ਜੀ ਓਏ ਕਿਹੜਾ ਖਾਲੂ ਤੂੰ ਖਾਲੂ ਖਾਲੂਆਂ ਵਰਗਾ ਮੂੰਹ ਹੈ ਤੇਰਾ ਖਾਲੂ ਖੁੱਲੂ ਕੋਈ ਨਹੀਂ ਜਾਨੂ ਸੋਨੂ ਜਾਨੂ ਹਰੇ ਕੜੀ ਕਹਿੰਦੀ ਬਦ ਨਸੀਬ ਇਹਦੇ ਅੰਦਰ ਮੈਂ ਚਲੀ ਜੇ ਮੈਨੂੰ ਬੜੀ ਛੇਤੀ ਮੈਂ ਤਿੰਨ ਚਾਰ ਰਿਸ਼ਤੇ ਹੋਰ ਵਹਾਣੇ ਤੇ ਮੈਂ ਕਿਹਾ ਤੁਸੀਂ ਮੈਨੂੰ ਅੱਛੇ ਲੱਗੇ ਹੋ ਤਰਸੇ ਹੋਇਓ ਨਸਾਤੀ ਉਹ ਨਾਨੀ ਹੁਕੀ ਤੁਸੀਂ ਨਸਾਈ ਹੈ ਮੇਰਾ ਚੰਗੀ ਭਲੀ ਫਸ ਰਹੀ ਸੀ ਤੇਰੇ ਨਾਲ ਫਸ ਰਹੀ ਸੀ ਤੇਰਾ ਨੱਕ ਹੀ ਕੁੰਡੀ ਵਰਗਾ ਤੇਰੇ ਨਾਲ ਫਸ ਮਾਨ ਨਾਲ ਦੁਨੀਆ ਦਾ ਪਹਿਲਾ ਨੱਕ ਮੈਂ ਵੇਖਿਆ ਜਿਹੜਾ ਉੱਤੋਂ ਦੀ ਮੂੰਹ ਚ ਝਾਤੀ ਮਾਰਨ ਦੇ ਹੈ ਤੇ ਠੀਕ ਹੈ ਚੌਕੀਦਾਰ ਨਾਲ ਕਰਨ ਦੇ ਹੈ ਕੋਈ ਕੁਰਕੀ ਵੱਧ ਨਾ ਚਲੀ ਜਾਵੇ ਹੁਣ ਕੁੜੀ ਆਵੇ ਆਪ ਗੱਲਾਂ ਨਾ ਕਰੀ ਫੌਰਨ ਮੈਨੂੰ ਬੁਲਾਈ ਠੀਕ ਹੈ ਬੇੜਾ ਤਰ ਜਵੇ ਤੁਹਾਡਾ ਜਿਹੜੀ ਕੁੜੀ ਹੈ ਸਾਜੀ ਹਾਂ ਤੁਹਾਡੀ ਧੀ ਆਈ ਹਾਂ ਲੰਦੀ ਯਾਰ ਇਹ ਜਿਹੜਾ ਸਿਸਟਮ
मेरा व्याह करा दे, मेरे बच्चे लेट होन दे ने। कार्ज कोई है? आहो है। डूब के मर जा। मैं डूब नहीं सकता, मैनू गोते आन दे ने। या अल्लाह पे। हेलो। या अल्लाह तू मेरी एडी छेती सुन ली है? हेलो। या अल्लाह तू मेरी एनी बड़ी सुन ली है? जी मैं अंदर आ सकनी हां? मेरे अल्लाह तो पिछले अंदर भी आ सकदे हो जी। जी जी माशाल्लाह।
तशरीफ रखो तशरीफ रखो। थैंक यू। आए काश मैं किधरे कुर्सी हुंदा। फिर एक ही हो रही है। बैटरी चार्ज करन दे हैं। ताड़ी बैटरी एन चार्ज होंदी है। ए बस बैठो ना जी तशरीफ रखो। हाँ। एक मैं थैंक यू जी। ओ नॉटी। तू मार के ही सुटेंगी। बड़े शरारती हो। लगदा तेरी लिखी मेरे हथों है। देखो जी मैं तो आड़ा एक बड़ा फर्मा बरदार खामत साबत होवांगा जी। हाँ जी मैं बिल्कुल थल्ले लग के रवांगा जी। क्यों? उत्ते ठंड लगदी जना जी। छत ते मैं नहीं चढ़दा। मैं थल्ले थल्ले सेंच फिरिया करांगा। उमर ऐसी है ना। हाँ जी मैं तुहानू तुसी बाहरों थके आओगे तुहानू कुटिया करांगा। अच्छा। हाँ लेकिन घरों थके होवो तो बाहरों नहीं कुटवाना। एहतियातां भी जरूरी ने ना। मेरा ख्याल है तुसी शादी दे शौकीन लगते हो। बड़ा सख्त करके जी। तुहाडे वसाइल की ने? ए जी मेरे को माशाल्लाह अपना ही घर है। एदे अलावा जायदाद भी है बैंक बैलेंस भी है। ठीक है 6 महीने तुहाडा शादी कट जाएगी। नहीं जी 3 महीने होर पा लो जी। क्यों? साल हो गए मैं किसी नूं मूंह दिखाण जोगा ते होवां जी। की मतलब? देखो जी शादी करनी है ना ते शादी तुहाडी मां। माशाल्लाह किड्डे सोहणे वाल ने तुहाडे। थैंक यू। लगदा तेल वाले चुल्हे चों बत्तियां बाहर आई हैं। की चवला मारे तुसी? मैं एक गल ते दसो जी। पुछो। ए वाला जी तुसी कंघी फेरदे हो या बंब चलांदे हो? तेन चलावांगे अबे दी धोती च। वैसे कौन ने चुई चलांग? ए अपना बेटा पुत्र है अपना। इनू नहीं पता इस गल का। इत पलिया ना। यह कौन है जी? नीला गुमद। रेसलिंग कर दिया ना? WWW किथे? ओ जिहड़ी अंग्रेजी नी कुश्तियां होंदियां। चल नोटी। बड़ा शरारती है। राजे राजे खांदे पिलियां कुत्तियां सड़दी है। मेरा दिल कर दे। बेटा तू रवाज पा अगो वारी मेरी है। मेरा दिल कर दे के जो दिल करता कर ही लो। ताड़िये चुंज पांदिया ना को सारी गैस निकल जाएगी। आ देखो मैंने भूख बड़ी सख्त लगी है जी, जी। मेरे लिए ऐसा करो मैं डाइट कर रही हूं। मैं लिए थोड़ा जी कुछ ले आवो। कोई 5-6 खड्डा ले आवो। अच्छा। 10-12 पावी ले आवो। 3-4 मगज ले आवो। 10 कनान ले आओ बस। तानू किने दस दिता साडी वड्डे बाजार च पावियां दी दुकान ਤੇ ਥੋੜਾ ਜਿਹਾ ਫਰੂਟ ਲੈ ਆਵੋ। ਥੋੜਾ ਜਿਹਾ ਮੇਰਾ ਖਿਆਲ 5-6 ਤਰਬੂਜ਼ ਲੈ ਆਵੋ। ਤੁਸੀਂ ਇੰਜ ਨੇ ਕਿਹਾ ਕਰੋ 5-6 ਤਰਬੂਜ਼। ਤੁਸੀਂ ਕਿਹਾ ਕਰੋ 4-5 ਟਰੱਕ ਦੁਆਣਿਆਂ ਦੇ ਲੈ ਆਓ। ਕੋਈ 7-8 ਪੈਲੀਆਂ ਖਰਬੂਜ਼ਿਆਂ ਦੀਆਂ ਪੁੱਟ ਲਿਓ। ਹਾਂ ਖਰਬੂਜ਼ੇ ਖੁਰਮਾਨੀਆਂ ਆਲੂ ਆਲੂ ਬੁਖਾਰਾ ਬਸ ਜੋ ਜੋ ਆਇਆ ਲੈ ਆਓ। ਮੈਂ ਤਾਂ ਕਹਿੰਦਾ ਤੁਹਾਡਾ ਮੂੰਹ ਮੰਡੀ ਤੇ ਨਾ ਖਰਾਮ ਆਪੇ ਹੀ ਉਜਾੜਦੇ ਰਹਿਣ। ਕਿਚ ਫਿਰ ਜਾਣਾ ਪੈਰਾਂ ਸਮੇਤ। ਸਦਕੇ ਜਾ। पहलेड लड़ाई दे फिर ओहदे बाद चीका लुआई दे। माशाल्लाह।
ਤੁਸੀਂ ਕੀ ਖਾਂਦੇ ਹੋ ਜੀ? ਤੁਹਾਡੇ ਕੋਲ ਨਹੀਂ ਖਾਧਾ ਜਾਣਾ। वैसे ताडे सूट नू भी दो तंबू ते लगदे होणगे जी। शादी करना चाहते हो ना जी, जी। तो मैं चंद सवाल तेरे नाल करांगी। हाँ सर जी। अगर इन्हां ने मेरे सवाल दे जवाब सही दे दिते तो फिर शायद मैं कुछ सोच लवां। मेरा पहला सवाल है कि तुसी कित्थे पैदा होए? मंजी ते। आहो तुहाडा की मतलब पीढ़ी क्यों हुए सर? मंजी ते वड्डी मंजी ओ गुजरां दा मंजा नहीं हुंदा ओए ते होए वड्डे वड्डे पाव। हां जी एक वारी डिग पे सर सिर पाट गया सी। केड़े शहर च पैदा होए सो? मैं जी सरगोधे पैदा होया सा अपनी खाला दे घर। अम्मी मेरी मुल्तान गई सी। अच्छा अच्छा ताडी अम्मी ने ताडी खाला को लीड लीती होनी है। आहो बदनामी की वजह करके किसी नूं दस्या नहीं। मैं जदों जम्मिया सी मसीह चलान होया सी हजरात जेड़ी गल का खतरा सी हो गई जे। ते क्यों ना होवे? इंडिया ने की थी ते असी ना करिए। हुन ते वाजपेयी भी कहने हम चाहते हैं। हम पाकिस्तान के साथ मजाकात करना चाहते हैं। मंदिरों में सारे लोग जाके कहें रोनी मोनी मंदिरानी अंगानी हरिओम तत्सत हरिओम तत्सत। परंतु हमारी लेख में हादी हार है हमारी लेख में हार यादी रोनी मोनी मंदिरानी अंगानी हरिओम तत्सत हरिओम तत्सत। ए प्रभु तू ही सब का पालन हार है मन तो हमारे लेख में हार हार है तो आई आई आई। तू तो अमेरिका भी साढ़े को डरता है। ਉਹ ਕਹਿੰਦਾ ਇਹਨਾਂ ਤੇ ਪਾਬੰਦੀ ਨਾ ਲਾਵਾਂਗੇ ਤੇ ਪਾਕਿਸਤਾਨ ਨੇ ਬੰਬ ਵੇਚ ਕੇ ਸ਼ੁਰੂ ਕਰ ਦੇਣਾ। ਅਸੀਂ ਤੇ ਕਹਿੰਦੇ ਲਾਓ ਪਾਬੰਦੀ। ਅਸੀਂ ਕਿਹੜਾ ਦੇਣਾ? ਅਸੀਂ ਤੇ ਲੈਣਾ ਹੀ ਹੈ। ਜੇ ਬੰਦ ਕਰ ਦੇਣਾ ਕਹਿੰਦੇ ਸਾਡੇ ਕੋਲ ਚੰਗਾ ਵੀ ਨਹੀਂ ਹੈਗਾ ਕੁਛ ਨਹੀਂ ਹੈਗਾ। ਉਹ ਲਾ ਹੀ ਨਹੀਂ ਸਕਦੇ ਲਾਓ। ਅਸੀਂ ਕਿਸੇ ਕਿਸੇ ਦੀ ਹਿੰਦਾ ਅਸੀਂ ਤੇ ਲੈਣੀ ਨਹੀਂ ਦਿੰਦਾ। ਅਸੀਂ ਜਾਓ ਟਗਾ ਨਹੀਂ ਜੇ ਪੈਸੇ ਕਰਾ ਦੇ ਇੰਡੀਆ ਦੇ ਬੰਬ ਕਿਸਾਂ ਚ ਨੇ मैनू तो लगता कार च वैगना की दौड़ लग गई। ਸਾਲਿਆ ਛੁਰੀ ਪੈ ਰਹੀ ਹੈ।
Excuse me, please. ये मलिक सफदर साहब का घर ही है ना? Of course, मगर you? मैं शाहिद हूँ. Are you शाहिद? Yes. आप कोकम हैं? Oh no, दरअसल मैं ना शकीला है. कोकम मेरी फ्रेंड है, उसे शॉपिंग के लिए गई है. काश शॉपिंग के लिए आप गई होती, सारा बिल मैं खुद अदा करता. मैं आपका मतलब नहीं समझी. Yeah, I'm sorry, वो गलती हो गई. कोल्ड ड्रिंक? कोल्ड ड्रिंक में खट्टा पीना है. सारी मुलाकात ठंडी कर देती हूँ. मैंने सब कुछ सुन लिया. क्यों परेशान कर रही हो बेचारे को? शायद एक अच्छा लड़का है. यस, डैडी का फैसला ठीक है. हैंडसम, स्मार्ट. मगर शीला तुम क्यों उदास हो गई? मेरे डैडी का तो तुम्हें पता है. हाँ, वो पहले अपनी शादी करेंगे, बाद में मेरी. और वो नवीन से मेरी शादी नहीं करेंगे, उस लड़के से मेरी शादी करेंगे जो घर दामाद बनकर रहेगा. बड़ी मुश्किल को जान छुड़ा के मैं नस फस गया. थोड़ा पहुंचे की मसला क्या मुश्किल है? तुमने पागल समझा हुआ है. नहीं नहीं, मैं मुझे पागल समझा नाले दो दोनों ने जो
ਟੁਰ ਕੇ ਸਾਨੂੰ ਵੀ ਲਵਾ ਦਿਓ। ਅਸੀਂ ਵੀ ਨਿਰਨੇ ਕਲੇਜੇ ਆ, ਬੜੀਆਂ ਲੜਾਈਆਂ ਲੜਨਾ, ਕਦੀ ਉੱਧਰ ਜਾ ਕਦੀ ਉੱਧਰ ਜਾ। ਚੀੜੀ बचपन चटी पा के पूरे पिंड मशहूर हो गया चौधरी तेरी मां का काना ही काना। बड़ी अच्छी तरह जानती है, बचपन मेरे नाल रही है। तुम घर दिमाग बंद करो, क्या तुम ये चाहोगे? कदी नहीं हो सकता, तुम यहाँ आओ जैदी, तुमने बहुत परेशान किया हुआ है। जो बात कर दी, कहा इधर आओ, इधर आओ। नहीं हो सकता, क्यों नहीं हो सकता। ठीक है, तोड़ा ब्याह हो सकता है। किस तरह? लेकिन जमाना करप्शन का है, फिर हर पास से रिश्वत चल रही है। हाँ। कुछ लाओ, तेनू दो तीन ना लावा, आप ही कर लो। अच्छा मैं समझ गया, लाओ था मतलब है। लाओ अल हजार रुपये। हजार रुपये दे? हाँ। हजार रुपये दिए? खंगिया कोई मशवरा दे, तू चवला मारन दे। जल्दी ठीक है, इधर आए। हाँ जी, पहले मेरे दस्ती कुटो। हाँ जी कुटो। हुन पुट कुटो। जल्दी पर्स लेके आ।
ਜਿਹੜਾ ਜਿਹੜਾ ਸਾਰਾ ਪ੍ਰੋਗਰਾਮ ਤੂੰ ਬਣਾਇਆ ਨਾ ਸਾਰਾ ਕੰਮ ਉਸੇ ਤਰ੍ਹਾਂ ਹੋਣਾ ਚਾਹੀਦਾ ਬਾਕੀ ਮੈਂ ਸੰਭਾਲ ਲਵਾਂਗਾ ਠੀਕ ਹੈ ਨਾ ਆ ਜਾ ਕੁੱਕ ਬਾ ਸ਼ਫੀ ਤੈਨੂੰ ਫਸਾਵਾਂ ਹੀ ਫਸਾਵਾਂ घर च कोई नहीं मैं भी कल्ला अच्छा तू भी कल्ली तो तू पागल है बाहर जाके कुछ भी नहीं दसेगी पागल नहीं खोचल है पागल तो पता नहीं कि मैं की करन दिया खोचल है ये पागल ये पागल होंगी तो नाचती तू मतलब आओ नहीं ना कवर ना कर अच्छा तू सारे पहचान रहा नहीं नहीं पता तू सारी दुनिया जानती है अजीज मियां कौन ए आदबा परवीन ओ मियां मेरे आते गड़ोली नड़ नड़ टड़ ना ने ने ओ मियां ओ मियां ओ मियां सारे मियां ਇੰਨੇ ਬੜੇ ਮੀਆਂ ਇੱਧਰ ਢੇਰ ਲਾ ਦਿਓ ਤੂੰ ਕਾਲ ਸੁਣ ਹਾਂ ਕਿੰਨਾ ਬਦਤਮੀਜ਼ ਹੋ ਗਿਆ ਜੀ 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 ਕੋ ਸਾਡੇ ਸਲਾਮ ਨੇ ਕਿੱਦਾਂ ਏ ਐਲ ਕਿਵੇਂ ਏ ਐਲ ਐਵੇਂ ਕਿਵੇਂ ਹੁੰਦਾ ਵੇ ਹਾਂ ਸੋਨ ਮਾਰ ਮੈਨੂੰ ਕਿਸ ਤਰ੍ਹਾਂ ਏ ਆਈ ਕਰਕੇ ਏ ਆਈ ਕਰ ਤੇਰਾ ਗੋਡਾ ਖਰਾਬ ਹੈ ਖਾਣਾ ਖਰਾਬ ਤੈਨੂੰ ਆਪਣੀ ਤਾਕਤ ਦਾ ਅੰਦਾਜ਼ਾ ਨਹੀਂ ਹੈਗਾ ਖਾ ਖਾ ਕੇ ਪੱਲੀ ਜਾ ਰਹੀ ਹੈ ਤੂੰ ਚਾ ਖਾ ਸੁਣ ਇਧਰ ਬਾਬਾ ਕਿੱਡੀ ਕਿੱਡੀ ਪੁੱਠ ਹੈਗੀ ਤੇਰੀ ਕੁਛ ਨਹੀਂ ਪੱਲੇ ਵੀ ਬਹੁਤ ਵੱਡੇ ਵੱਡੇ ਨੇ ਦਾਸੂ ਜੀ ਤੂੰ ਆਪਣਾ ਕੀ ਨਾਮ ਲਵਿੰਦਾ ਤੈਨੂੰ ਕੁਝ ਪਤਾ ਲੱਗਾ ਨਹੀਂ ਮੈਨੂੰ ਕੁਝ ਨਹੀਂ ਪਤਾ ਲੱਗਾ ਓਏ ਆਪਣਾ ਕੰਮੀ ਨਹੀਂ ਨਾ ਕੌਣ ਉਹ ਕੀ ਨਾਮ ਆਦਾ ਜਿਹਦੇ ਕੋਲ ਵੀ ਧੀ ਰਹਿੰਦੀ ਏ ਮਲਕ ਸਾਹਿਬ ਹਾਂ ਉਹ ਹਾਂ ਉਹਨੇ ਪਤਾ ਕੀ ਕੀਤਾ ਮੈਨੂੰ ਨਹੀਂ ਪਤਾ ਉਹਨੇ ਸਾਡੇ ਸਾਰੇ ਜਿੰਨਾ ਵੀ ਉਹ ਖੇਡ ਹੈ ਕਿਸੀ ਨਾ ਉਹਦੇ ਚ ਤਨਾਜ ਹੋਇਆ ਸੀ ਉਹ ਕੱਲਾ ਖਾ ਗਈ ਓਏ ਹੋਏ ਹੋਏ ਤੂੰ ਉਹਨੂੰ ਫੜ ਕੇ ਲਿਆ ਉਹ ਗਿਆ ਇੱਕ ਮਾਦਾ ਦੇ ਵਿੱਚ ਲੋਟਾ ਲੈ ਕੇ ਕਿੱਥੇ ਗਿਆ ਕਮਾਦਾ ਦੇ ਵਿੱਚ ਗਿਆ ਉੱਥੇ ਕੀ ਖਾਦ ਪਾਣ ਗਿਆ ਅੱਛਾ ਮੈਂ ਬੁਲਾ ਕੇ ਲਿਆ ਚਾ ਫੜ ਕੇ ਲਿਆ ਉਹਨੂੰ ਮਲੇ ਸਾਹਿਬ ਹਾਏ ਨਹੀਂ ਗੁੱਡਾ ਗੁੱਡਾ ਤੂੰ ਕਿੱਥੇ ਸੈਂ ਨਹੀਂ ਮੈਂ ਨਹੀਂ ਹੂੰ ਮੈਂ ਤੇ ਤੈਨੂੰ ਸਾਰੇ ਪਾਸੇ ਲੱਭ ਕੇ ਆਇਆ ਗੁੱਡਾ ਡੈਡੀ ਗੁੱਡਾ ਨਹੀਂ ਕੋਈ ਨਹੀਂ ਤੇਰਾ ਬੇੜਾ ਦਰਜੇ ਉਹ ਜਿੱਥੇ ਕੁੜੀ ਵੇਖਣੀ ਚਮੜ ਜਾਨੀ ਔਰਤਾਂ ਦੇ ਲਿਆਸ ਕਸ਼ਮੀਰੀ माफ कर दे चौधरी अनीप साहब ਬੇਟਾ ਅੰਦਰ ਜਾ ਕੇ ਕੱਪੜੇ ਲਾ ਕੇ ਝਾੜ ਹੀ ਲੈ ਤੁਹਾਨੂੰ ਕਰਨਾ ਆਉਂਦਾ ਕਰਕੇ ਵਖਾਓ ਹੁਣ ਕਿੱਥੇ ਨਹੀਂ ਨਹੀਂ ਕਰਕੇ ਵਖਾਓ ਇੱਕ ਵਾਰੀ ਸਾਰਾ ਮਾਂ ਤੇ ਗਿਆ ਹਾਂ ਇੱਕ ਮਿੰਟ ਤੇ ਕਹਿੰਦਾ ਨੇ ਹੋ ਸਕਦਾ ਸਹੀ ਕਹਿੰਦਾ ਜੀ ਨਾਨਕਿਆਂ ਨੂੰ ਜ਼ਿਆਦਾ ਪਤਾ ਹੁੰਦਾ ਮਾਂ ਤੇ ਗਿਆ ਕਿ ਫੁੱਫੀ ਹਾਂ ਬਈ ਕੁੜੀਏ ਤੂੰ ਦੱਸ ਕੀ ਕਹਿਣਾ ਚਾਹੁੰਨੀ ਹੈ ਤੋਬਾ ਕੱਪੜੇ ਕਿੰਨੇ ਬਰੀਕ ਪਾਏ ਹੋਏ ਨੇ ਮਲਕ ਸਾਹਿਬ ਦੇਖੋ ਤੇ ਸਹੀ ਆ ਜੀ ਮੱਛਰ ਵੀ ਲੜਨ ਨੂੰ ਤਰਸਦਾ ਹੀ ਹੋਣਾ ਪਤਾ ਨਹੀਂ ਮੇਰੀ ਮਾਂ ਮੈਨੂੰ ਮੱਛਰ ਕਿਉਂ ਕਹਿੰਦੀ ਪਤਾ ਕਰਾਂਗਾ ਅੱਜ ਨਹੀਂ ਪਤਾ ਨਹੀਂ ਉਹ ਵੈਸੇ ਮੱਛਰੀ ਫਿਰਨ ਡਈ ਸੀ ਹਾਂ ਮੈਂ ਅੱਜ ਪਤਾ ਕਰਾਂਗਾ ਹਾਂ ਸਾਹਿਬ ਜੀ ਮੈਂ ਕਿਦੋਂ ਤੋਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ
ਕਿ ਜਿੱਥੇ ਵੀ ਰਾਤ ਪੈਂਦੀ ਹੈ ਉੱਥੇ ਹੀ ਸੌ ਜਾਂਦੀ ਹੈ। ਅੱਛਾ, ਜਿੱਥੇ ਰਾਤ ਪੈਂਦੀ ਤੇ ਉੱਥੇ ਹੀ ਸੌ ਜਾਂਦੀ ਹੈ ਜੀ। ਅੱਗੇ ਤੋਂ ਕੋਸ਼ਿਸ਼ ਕਰੀ ਰਾਤ ਤੈਨੂੰ ਇੱਥੇ ਹੀ ਪਵੇ, ਮੈਂ ਜਾਗਦਾ ਰਹਿਣਾ ਨਾ। ਸਾਹਿਬ ਜੀ, ਹਾਂਜੀ, ਤੁਹਾਨੂੰ ਪਤਾ ਮੈਂ ਤਾਂ ਤੁਹਾਡੇ ਬੱਲੇ ਚ ਲੰਘਣ ਨਹੀਂ ਸਨਾ। 6-7 ਗੁੰਡੇ ਮੇਰੇ ਪਿੱਛੇ ਪੈ ਗਏ। ਓਏ ਹੋਏ, ਦੋ ਤੇ ਤੁਹਾਡੀ ਉਮਰ ਦੇ ਸਾਂ। 6-7 ਤੇ ਲਾਣਤ ਭੇਜ, ਦੋਵਾਂ ਦਾ ਸਰਿਆ ਕਿ ਨਹੀਂ। ਬਜ਼ੁਰਗ ਹੁੰਦੇ ਆ, ਇਹਨਾਂ ਕੋਲੋਂ ਬੇਸਰਰ ਹੁੰਦੇ ਆ, ਘਬਰਾਈ ਦਾ ਨਹੀਂ। ਸਾਹਿਬ ਜੀ, ਇੱਕ ਬੜੀ ਦੁੱਖ ਦੀ ਗੱਲ ਹੈ, ਮੈਂ ਇਸ ਦੁਨੀਆ 'ਚ ਬਿਲਕੁਲ ਇਕੱਲੀ ਆ। ਫਿਕਰ ਨਾ ਕਰ, ਜਿੱਥੇ ਤੂੰ ਆ ਗਈ ਹੈ ਤੈਨੂੰ ਇਕੱਲਿਆਂ ਨਹੀਂ ਰਹਿਣ ਦੇਣਾ। ਤੇਰੇ ਨਾਲ ਵਿਆਹ ਕਰਨਾ, ਉਸ ਤੋਂ ਬਾਅਦ ਮਨਸੂਬਾਬੰਦੀ ਦਾ ਇਸ਼ਤਿਹਾਰ ਪੁੱਠਾ ਕਰ ਦੇਣਾ। ਇਸ਼ਤਿਹਾਰ ਹੈਗਾ ਨਾ, ਦੋ ਬੱਚੇ ਬਹੁਤ ਅੱਛੇ, ਅਸੀਂ ਪੁੱਠਾ ਕਰ ਦਿਆਂਗੇ, ਤੈਨੂੰ ਕੁਛ ਛੱਡਣਾ ਪਿੱਛੇ। ਹੁਣ ਦੱਸੋ, ਹਾਂ ਅੰਨੀ ਪੈ ਜਾਣੀ ਹੈ। ਸਾਹਿਬ ਜੀ, ਮੈਨੂੰ ਆਪਣੇ ਘਰ 'ਚ ਥੋੜੀ ਜਿਹੀ ਜਗ੍ਹਾ ਦੇ ਦਿਓ। ਥੋੜੀ ਜਿਹੀ? ਬਹੁਤੀ ਜਗ੍ਹਾ ਲੈ ਤੂੰ, ਇਹਨੂੰ ਇਸ ਘਰ 'ਚ ਕੰਮ ਦਿਓ ਬਈ। ਠੀਕ ਹੈ, ਤੂੰ ਘਰ ਦੇ ਕੱਪੜੇ ਧੋਇਆ ਕਰ, ਠੀਕ ਹੈ, ਭਾਂਡੇ ਮਾਂਜਿਆ ਕਰ, ਜਦੋਂ ਮੈਂ ਉੱਥੇ ਉੱਚੀ ਥਾਂ 'ਤੇ ਬੈਠਾ ਹੋਵਾਂ ਤੇ ਵਿਹੜੇ 'ਚ ਤੱਪੜੀ ਫੇਰਿਆ ਕਰ। ਸਫਾਈ ਮੈਨੂੰ ਬਹੁਤ ਪਸੰਦ ਆ, ਮੈਂ ਕਹਿੰਦਾ ਕਿ ਇੱਕ ਇੱਕ ਚੀਜ਼ ਸਾਫ਼ ਹੋਣੀ ਚਾਹੀਦੀ ਹੈ। ਸਾਹਿਬ ਜੀ, ਵੈਸੇ ਮੈਂ ਥੋੜ੍ਹੀ ਦੇਰ ਵਾਸਤੇ ਬੋਰਡ ਦੀ ਛਾਂ 'ਤੇ ਬੈਠਣਾ ਚਾਹੁੰਦੀ ਹਾਂ। ਬੋਰਡ? ਬੋਰਡ ਪੁਰਾਣਾ ਹੁੰਦਾ। ਕੋਈ ਗੱਲ ਨਹੀਂ, ਉਹਦੀ ਛਾਂ ਤਾਂ ਠੰਡੀ ਹੁੰਦੀ ਹੈ ਨਾ। ਤੁਸੀਂ ਤਰੇਕ ਥੱਲੇ ਆਓ, ਥੋੜੇ ਵੀ ਨਹੀਂ ਨਿਕਲਣਗੇ। ਸਾਹਿਬ ਜੀ, ਆਹ ਕੌਣ ਹੈ ਬਦਤਮੀਜ਼? ਤੁਹਾਡੀ ਆਵਾਜ਼ ਕਿੰਨੀ ਪਿਆਰੀ ਹੈ। ਅੱਛਾ, ਜੇ ਤੁਸੀਂ ਹੈੱਡ ਪਵਾ ਲਵੋ ਤੇ ਬਿਲਕੁਲ ਲਤਾ ਵਰਗੀ ਆਵਾਜ਼ ਹੈਗੀ, 19-20 ਦਾ ਵੀ ਨਹੀਂ ਫਰਕ। ਸਾਹਿਬ ਜੀ, ਹਾਂ ਜੀ, ਮੇਰਾ ਦਿਲ ਕਰਦਾ ਨਾ ਮੈਂ ਆਪਣਾ ਅੰਗੂਠੇ ਕਰਾ ਕੇ ਟਿਚ ਕਰਦਾ। ਕਦੋਂ ਕਰੇਂਗੀ ਟਿਚ? ਤੂੰ ਵੀ ਉੱਥੇ ਖਲੋਤੀ, ਇੱਥੇ ਬੈਠ, ਬਹਿ ਜਾ, ਖਲੋ। ਪੂਰੀ ਪੂਰੀ ਆਵਾਜ਼ ਕੱਢੋ ਵਿੱਚੋਂ, ਵਿੱਚੋਂ ਅੰਦਰਲਾ ਸਾਹ ਜਗਾਓ। ਮਾਸ਼ਾ ਅੱਲਾ, ਮੈਂ ਬੋਲੀ ਹਾਂ, ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਤੂੰ ਸ਼ਿਕਾਰੀ ਹੈ, ਭੌਂਕਦਾ ਰਿਹਾ ਕਰ, ਬਹਿ ਜਾ। ਸਿਆਣੇ ਸਹੀ ਕਹਿੰਦੇ ਆ ਵੀ ਕੁੱਤਾ ਕੁੱਤੇ ਦਾ ਵੈਰੀ ਹੁੰਦਾ। ਤੇ ਵੀ ਇਸ ਕੁੜੀ ਨੂੰ ਇਸ ਘਰ 'ਚ ਨੌਕਰੀ ਦੇ ਦਿਓ, ਮੇਰੇ ਨਾਲ ਤੁਹਾਨੂੰ ਫੁੱਲ ਇਜਾਜ਼ਤ ਹੈ। ਆਏ ਸਦਕੇ ਜਾਵਾਂ, ਸੁਰਖੀ ਵੀ ਲਾਈ ਹੋਈ ਆ, ਲੱਗਦਾ ਚੂਹੀ ਨੂੰ ਚਾਕੂ ਵੱਜਾ ਹੋਇਆ, ਦੰਦ ਵੀ ਸੋਹਣੇ ਆ ਤੇਰੇ, ਕਿੱਡੇ ਸੋਹਣੇ ਦੰਦ ਆ। ਸਾਹਿਬ ਜੀ, ਹਾਂ, ਮੈਨੂੰ ਆਪਣੇ ਘਰ 'ਚ ਰੱਖ ਲੈਣਾ, ਮੈਂ ਟੁੱਟ ਟੁੱਟ ਕੇ ਵੈਸੇ ਹੀ ਬਹੁਤ ਥੱਕ ਗਈ ਹਾਂ। ਕੋਈ ਗੱਲ ਨਹੀਂ, ਹੁਣ ਤੈਨੂੰ ਗੋਦੀ ਚੁੱਕ ਕੇ ਰੱਖਾਂਗੇ ਅਸੀਂ, ਫਿਕਰ ਕਾਸੇ ਦਾ ਨਹੀਂ ਕਰਨਾ। ਓਏ ਹਾਂਜੀ, ਗੱਲ ਸੁਣਾ, ਮੈਨੂੰ ਇੱਕ ਸਾਈਕਲ ਹੀ ਲੈ ਦਿਓ। ਨਹੀਂ ਨਹੀਂ, ਤੈਨੂੰ ਰੇੜੀ ਲੈ ਦਿੰਦੇ ਆ। ਮੈਂ ਚੁੱਪ ਕਰ ਲੈ, ਵੇ ਵੇ ਵਾਚੀ ਵਾਲੀ, ਵੇ ਵੇ ਵਾਚੀ ਵਾਲੀ, ਇਹਦੇ ਤੇ ਟੋਕਰਾ ਦੇ, ਇਹਦਾ ਅੰਡਾ ਦੇਣ ਦਾ ਟਾਈਮ ਹੋ ਗਿਆ ਜੀ। ਹੈ ਜੀ? ਹਾਂਜੀ, ਉਹ ਕੀ ਕਹਿ ਰਹੇ ਨੇ? ਕਿੰਨੇ ਨਹੀਂ ਕਹਿ ਰਹੇ? ਅਜੇ ਵੀ ਨਹੀਂ ਕਹਿ ਰਹੇ ਨੇ? ਜੇ ਤੂੰ ਕਹਿ ਦੇ ਰਹੇ ਲੰਬੀ ਨੱਕ ਵਾਲਿਆ, ਆਈ ਜਿੱਤ ਕੇ ਜਾਵਾਂ ਕਾਲੇ ਕੱਪੜਿਆਂ ਵਾਲੀਏ। ਮੈਂ ਕਿਹਾ ਇਹਨੂੰ ਫਿਰ ਨੌਕਰੀ ਤੇ ਰੱਖ ਲਈਏ। ਮੈਂ ਤੇ ਕਹਿੰਦਾ ਇਹਦਾ ਪਤਾ ਤੇ ਕਰ ਲਾ, ਨਾ ਪਿਓ ਦਾ ਪਤਾ, ਨਾ ਮਾਂ ਦਾ ਪਤਾ, ਨਾ ਘਰ ਦਾ ਪਤਾ, ਪਿਓ ਬੈਠਾ ਤੇ। ਹਾਂ, ਸਾਰੀਆਂ ਕੁੜੀਆਂ ਦੀ ਟਿੰਡ ਕਰਵਾ ਦੇਣੀ ਹੈ ਮਾਂ ਨੇ। ਚਲੋ ਮੂੰਹ ਖੋਲੋ, ਮੂੰਹ ਖੋਲੋ, ਕਮੇਟੀ ਪੈ ਗਈ ਹੈ। ਠੀਕ ਹੈ, ਮੇਰੇ ਗਾਸੂ ਤੋਂ ਨਹੀਂ ਮੈਨੂੰ ਪਛਾ ਲਿਆ। ਸਾਹਿਬ ਜੀ, ਕੀ ਮੁਸੀਬਤ ਹੈ? ਕਿਨੂੰ ਕਾ ਤੁਸੀਂ ਬਸ? ਹਾਂ, ਮੈਂ ਇੱਕ ਵਾਰੀ ਫੇਰ ਸੁੱਟ ਕੋ ਮਜ਼ਾ ਨਹੀਂ ਆਇਆ। ਕੀ ਮੇਰੇ ਗਾਸੂ ਚੋਟ ਤੇ ਨਹੀਂ ਲੱਗੀ ਮੇਰੇ ਧੀ ਨੂੰ? ਤੁਹਾਡੀ ਧੀ ਜਿਹੜੀ ਹੈ ਨਾ,
ਉਹ ਤੁਹਾਡੀ ਗੁੱਡੂ ਜਿਹੜੀ ਗੁੱਡਾ ਗੁੱਡਾ ਉਹ ਹਮਾਮ ਤੇ ਬਹਿ ਕੇ ਸ਼ੇਵ ਕਰਾਣ ਡਈ ਹੈ ਮੁੱਛਾਂ ਵੱਧ ਨਹੀਂ ਸੀ ਆਹ ਅੱਛਾ ਚੱਲ ਨਹੀਂ ਆ ਮੇਰੀ ਧੀ ਹੂੰ ਮੈਂ ਅੱਜ ਤੱਕ ਜਿੰਨੀਆਂ ਕੁੜੀਆਂ ਨੂੰ ਗੱਲ ਆਇਆ ਨਾ ਇਹਨਾਂ ਚ ਮੈਨੂੰ ਆਪਣੀ ਧੀ ਦੀ ਖੁਸ਼ਬੂ ਆਉਣ ਡਈ ਹੈ ਨਾ ਉਹਨੇ ਪਰਫਿਊਮ ਲਾਇਆ ਧੀ ਚਾਰ ਲਈ ਅੱਛਾ ਠੀਕ ਹੈ ਚੱਲ ਮੈਂ ਤੈਨੂੰ ਦੱਸਾਂ ਓਏ ਟੁਰ ਪੋਏ ਬਚੜੀ ਕੁੱਟਣ ਵਾਲਿਆ ਬਲਡੋਜ਼ਰਾ पहले ही जान गया भी पर अब सब तक वो बड़ी चौधरानी दी जायदाद ते कब्जा करके बैठा है पर तेरे जब पता ही नहीं कि औरत ते औरत तू बड़ी दौलत तू बड़ी खर्चा हो रही है आज तेरे को सेक्सुअल काजे हासे ने की कर बैठी है ए गल सुना जी की ना है तोने ए जेदी जेदी जी वेरी गुड अल्लाह दी कसम मैं किसे दी अमानत हां जेदी गल तो सुन मैं दूर दूर नहीं सुनाऊं ਜੈਦੀ ਨਹੀਂ ਮੇਰੀ ਇੱਜ਼ਤ ਤੇ ਹੁਣ ਲਾਂਦਾ ਗੱਲ ਮੈਂ ਦੱਸਿਆ ਜੈਦੀ ਮੈਂ ਮਸ਼ਰਕੀ ਮੁੰਡਾ ਹਾਂ ਅੱਜ ਕੱਲ ਅੱਜ ਕੱਲ ਹਾਂ ਅੱਛਾ ਹਾਂ ਹਾਂ ਜੈਦੀ ਮੈਂ ਦੱਸ ਪੈਸ ਕਰ ਕੀ ਕਰਦਾ ਤੁਸੀਂ ਇਹਦੇ ਨਾਸ਼ਾ ਵੀ ਯਾਰ ਕਰਨਾ ਠੀਕ ਹੈ ਸ਼ਕੀਲਾ ਵੀ ਇਹ ਧਿਆਨ ਤਾਂ ਫੜੇ ਜਾਏ ਨਾ ਕੋੜੇ ਪੈਂਦੇ ਹੁੰਦੇ ਨੇ ਸ਼ਾਦੀ ਤੋਂ ਪਹਿਲੇ ਅਗਰ ਕੋਈ ਐਸੀ ਹਰਕਤ ਕਰੋ ਨਾ ਤੂੰ ਤੂੰ ਛਾਪਾ ਪੈ ਜੇ ਹੱਡ ਹੱਡ ਕੋੜਾ ਪੈਂਦਾ ਮੇਰੇ ਕੋਈ ਥਾਂ ਵੀ ਨਹੀਂ ਹੈਗੀ ਜੈਦੀ ਤੁਸੀਂ ਤੇ ਖਾ ਵੀ ਲਓਗੇ ਮੈਂ ਤੇ ਦੱਸ ਦਾ ਤੁਸੀਂ ਸ਼ਕੀਲਾ ਬੀਬੀ ਲਈ ਪਹਿਲੇ ਨਾਸ਼ਤਾ ਤਿਆਰ ਕਰਨਾ ਸਭ ਤੋਂ ਪਹਿਲੇ ਸਵੇਰੇ ਉੱਠ ਕੇ ਉਹਨਾਂ ਨੂੰ ਬੈਠੀ ਦੇਣੀ ਹੈ ਮੰਜੀ ਟੀ ਠੀਕ ਹੈ ਨਿੰਨੇ ਕਲੇ ਜੇ ਬਗੈਰ ਕਰੂਲੀ ਦੇ ਤੇ ਸਾਹਿਬ ਜੀ ਨੂੰ ਨਾਸ਼ਤਾ ਦੇਣਾ ਖੁਰਲੀ ਚ ਲਾ ਕੇ ਖੁੱਲਾ ਡੁੱਲਾ ਹੋ ਕਿਉਂ ਬਸ ਉਹ ਮਲਕ ਸਾਹਿਬ ਨੇ ਖੁੱਲਾ ਡੁੱਲਾ ਨਾਸ਼ਤਾ ਕਰ ਦੇ ਠੀਕ ਹੈ ਤੇ ਤੇਰਾ ਨਾਸ਼ਤਾ ਮੈਂ ਆਪਣੇ ਨਾਲ ਹੀ ਤੇਰੇ ਆਪ ਹੀ ਕਰ ਲਵਾਂਗਾ अल्लाह ने बड़ा बचा ले आज मेरा सदका दे दी कुड़ी पहचान दी सी मैनू मर जाने फस जाना सी मैनू भी पता लग जाता की मतलब वो तो मैं बचा मेरा कर क्या मैं भी कर रहा है ना मक्खी देख के तो मक्खी नहीं ना कोई खांदा आखिर मैं कहना ब्याह करना हूं ब्याह कर भी लवो हूं ओदो करोगे जदों हज ते जान दा टाइम हो जाएगा हाय कितना मजा आएगा मैं तन्नू मोटियां ते बाग के ले जावांगा तू तो बैठ के कहेंगे हौली कर ना हौली कर हौली कर झटके मैंने मायने खरात पा दे बड़ा परेशान ठंड पै जी हाथ ठंड पवेगी बर्फ
मैं कोल ही बैठूंगा, हौली हौली खुरदी रहती है। खुरदी रहती है तो थले ओदे निकल जांदी हो। कोई गल नहीं, ठंड ते पवेगी ना। कुछ नहीं पैना तैनू, तैनू सिर्फ मौत पैनी है। मैं क्या जी मतलब जी, तुसी अपनी बेटी का कर दो ते मैं भी हुण ब्याह करन लगी जे। किदे नाल? मेरी आई जो हुई है। किदे नाल करन लगी जे? एना नाल। एदे नाल ब्याह ना कराईए जे? इस करके करन दई है, इन्ने किन्ने क दिन जूणा है। हां रजाई लेके मैनूं दस तू किवें कुड़ी फसा लैना साडे कोलों ते पाई नहीं फसदी। मैं सोचा तू कर बच्ची का ब्याह करा लूं। सोचे ना ना कुछ, तू सही हो सकना जो तू सोचना ना उदो ही गलत काम करना। अमान ना मैं सोचे सी जो बच्ची का ब्याह हो जाएगा ना तेन तोहफे च मैं VCR ही कराऊंगा। मैं भी लेना VCR रखा, साढ़े को चार VCR असीं ते आप कराए ते भेजने आ। हैं इन्होंने वेखी है फिल्मां आवाज बंद कर करके। बिलकुल साड़ी तू पाई बननी मैं सिखावांगा तेनू। मेनू आप आंदी है, मैं ता हां अच्छा सिखाएंगा। एडा तू ते तू की है, तू भाई है ना? ਭਾਈਆਂ ਹੁਣ ਕੀ ਬੰਦਾ ਹੈ? ਮਰ ਜਾਣਾ ਜੇ ਤੂੰ ਮੁੱਛਾਂ ਲਾ ਦਵੇਂ ਨਾ। ਹਾਂ ਤੇ ਪੁੱਛਣਾ ਪੈ ਜਾ ਕਿ ਤੇਰਾ ਆਪਣਾ ਖਾਵੰਦ ਕੀ ਕਰਦਾ। ਆਹੋ ਇਹੋ ਜੀ ਹਰਕਤਾਂ ਨਾ ਕਰਿਆ ਕਰ। ਤੇਰੀ ਵਜ੍ਹਾ ਕਿਵੇਂ ਪਿੱਸੀ ਹੁੰਦੀ? ਹਰ ਜਗ੍ਹਾ ਤੇ ਜ਼ਲੀਲ ਹੁੰਦੇ ਹੋ। ਹਰ ਜਗ੍ਹਾ ਤੇ ਜ਼ਲੀਲ ਯਾਰ। ਵੈਸੇ ਕੁੜੀ ਨੇ ਗੱਲ ਇੱਕ ਮੱਤ ਦੀ ਕੀਤੀ ਹੈ ਕਿ ਹੁਣ ਮੈਨੂੰ ਚਾਹੀਦਾ ਕਿ ਮੈਂ ਅਖਬਾਰ ਚ ਇਸ਼ਤਿਹਾਰ ਦੇ ਦਿਆਂ ਤਾਂ ਕਿ ਕੋਈ ਮਨ ਪਸੰਦ ਦਾ ਕਾਰਜਵਾਈ ਅਸੀਂ ਫਾਈਨਲ ਕਰ ਲਈ। ਹਾਂ ਠੀਕ ਹੈ ਨਾ? ਬਿਲਕੁਲ। ਤੇ ਮੈਂ ਉਹਨੂੰ ਇਸ਼ਤਿਹਾਰ ਦੇਣ ਚੱਲਾਂ ਤੇ ਆਹ ਤੇਰੇ ਵਾਸਤੇ ਨਾਸ਼ਤਾ ਲਾਇਆ ਕਰ ਲੈ। ਅੱਛਾ ਕਿੱਥੇ? ਕੜਿੱਕੀ ਚ। ਐਕਸਕਿਊਜ਼ ਮੀ ਪਲੀਜ਼। ਜੀ ਮੈਨੇ ਆਪਕੋ ਪਹਿਚਾਨਾ ਨਹੀਂ। ਆਪ ਮੁਝੇ ਕੈਸੇ ਪਹਿਚਾਨ ਸਕਤੀ ਹੈ? ਆਪ 20 ਸਾਲ ਪਹਿਲੇ ਅੰਕਲ ਆਪਕੋ ਲੰਡਨ ਲੈ ਗਏ ਥੇ। ਹਾਂ ਆਪ ਬੈਠੇ ਨਾ ਚਾਹ ਵਾਹ ਪੀਏ। ਨਹੀਂ ਨਹੀਂ ਮੈਂ ਤਾਂ ਇਹ ਸੋਚ ਰਹਾ ਹਾਂ ਕਿ ਅੰਕਲ ਨੇ ਆਪਕੇ ਬਾਰੇ ਮੇਂ ਲਿਖਾ ਥਾ ਕਿ ਲੰਡਨ ਮੇਂ ਜਾ ਕੇ ਆਪ ਬੜੀ ਮਾਡਰਨ ਹੋ ਗਈ ਹੈ, ਲੇਕਿਨ ਆਪ ਤਾਂ ਵੈਸੀ ਕੀ ਵੈਸੀ ਹੈ। ਕੋਕਾ ਕੀ ਪੱਛੀ ਲੇਤਾ ਹਾਂ। फिर मैं अंकल को लिख दूं कि आप शादी के लिए तैयार हैं? शकीला, मैं सोच भी नहीं सकना था तू मेरे नाल दो कदम चल के तेरा रास्ता बदल लेगी। की बदतमीजी है? अरे नहीं, समझने की कोशिश। समझने की क्यों? शायद तेनू शर्म आनी चाहिए। तेनू पता कौन है? तू अपनी होने वाली भरजाई नाल किस किस्म की गुफ्तगू कर रहा है? यार कोकब नहीं है, शकीला है। मैंने ऐसा समझ नहीं आ रही, शकीला कोकब पहले तो चक्कर क्लियर कर। मैं टाइम पे आ गया हूं तो तू सोना भी मेरे तो बहुत है। दसो ये सारा चक्कर उसने कोकब ने चलाया है, मेरे नहीं। किथे कोकब को? हां वो चक्कर उन्हें चलाया, जा अपना पीस संभाल चल। तो उस दिन आप शकीला बनके मुझे चक्कर देने की कोशिश कर रही थी, बेवकूफ बना रही थी। अंकल ने बिल्कुल ठीक लिखा था आपके बारे में। हां अंकल ने ठीक लिखा, तुम ही अपने प्यो नु समझा। मेरे डैडी नहीं मानेंगे। अपने प्यो नु समझा, मैं कारजवाई नहीं बनना, बस समझा। मैंने कहा ना मेरे डैडी नहीं मानेंगे। यार मेनू तो एक तुहाडी समझ नहीं आंदी, इत्थे डैडी नहीं मंदा कार मां नहीं मंदी। की बदतमीजी है ना, मैनू पिंडी का छड़िया ना मैनू लाहौर का।
सीधी सीधी टाई फट करो यार या पार। वो नहीं मानेंगे बस। ओए प्यो ते मनिया मनाया मां नु मना मसला ते मां दे नहीं मानेंगे। ओ तुसी अपनी गल्ला करो मेरिया गल्ला की लबन दे हो अपनी गल्ल करो कर मेरा लड़ी ना मारे लड़ी ना गुस्से थी मैं हाँ तुम भी ये कपड़े बदलो और पाकिस्तानी लिबास पहनो फिर मैं तुम्हें रांझे जैसा प्यार करूंगा। देख देख हीर रांझे वाला प्यार करन दे ने वाले और तुम मुझसे कैसा प्यार करोगे और मैं जद्दो भी तनु प्यार करांगा मिर्जा जाट वाला करांगा। भाई बंदा होते जाए सुरखुरू होके तो जाए ना कि भाई दुनिया दे कोई काम कीता है किसी नू कन्नो कन्न खबर नहीं होने देनी सी इन्होंने आप पूरे पिंड नू दसी इसलिए कि मुझे वो लड़की पसंद है जो दो चोटियां करती थी जो तंदूर की रोटी खाती थी बर्गर नहीं जो कुएं का पानी पीती थी कोको कोला नहीं शायद ये मॉडर्न एज है। ये मशरिक है सूरज मशरिक से निकलता है और मगरिब में गुरूब हो जाता है। तुम मेरी मोहब्बत हो लेकिन मुझे अपनी मोहब्बत इस हालत में भी कबूल नहीं है। ओ नो शायद जज्बाती हो गए रोना नहीं तेन पहले मना किया रोई ना रोई ओनू दिलासा भी ना दिया कोई गल नहीं कोको कोई गल नहीं बत्ती बुझा दे बकवास नहीं कर रहा मैं औरत दे आंसू नहीं देख सकता बत्ती बुझा दे मैं वो आंसू नजर ही नहीं आएंगे एवं शक कर दी है ना आपे विआह कर दी है ना कितने करन दें दी है गांजी वो कहते हैं मैं मशीक लिबास पहनूं उसको समझाओ अब बिल्कुल ठीक कहता है पाशा भी और दी गल ठीक है और पाकिस्तानी खावां दे और जिवें कहेगा बीवी नूं उसी तरह रहना चाहिए ये साड़ी रवायात ने क्या हो गया नवी तुम्हें पागल हो गए हो मैं पागल छापा कौन है डैडी क्या बात है चुप जा गई कौन डैडी हाँ ये कितना आ गया और चुप जाओ ये कितने मर गया कुड़िया तुसी नाजक नाजक हो खंगा दाड़िया ड्राइवर वर्गिया हो गई चल अंदर बेटा एडी भारी आवाज हो गई लुक लुक के सिगरेट ते नहीं पीन लग गई है तुसी की बनी गया तानू डैडी आप अंदर चल के रेस्ट करें ना रेस्ट कर रहे मैं ऑपरेशन करा के आया बट क्यों नहीं मानते आप क्यों नहीं अंदर जाते हैं ओए अंदर मैं चले जावा मेरे तो केस पहले पुआ हो गई फिर मैं अंदर जांदा भी चंगा लगना यहां क्या करने आ रहे हैं ओए आज दोवें इकट्ठियां मिलियां ताडे ना बैग वो गपशप करिए जिदों नहीं कोको इंग्लैंड तो आई है एडा भारा हाथ तेरा हो गया तू रक्षा तो नहीं चलान लग गई वो मैं देख रही थी आपके सर में सफेद बाल कितने हो गए ओ शक्ल तेरी साहबा वर्गी है ताकत तेरे जमाइयों को रस्सी वाली वर्गी ए हुण की डे इस घर च कुछ नहीं आप तानू इसीलिए दुकान लंच पेश आई दा बेवकूफ ना हो ते मार मार हया करो मैं प्यो वा ताडा को थां वेख के छेड़ी दा ताडे शकीला मुर्जा बेटा की करन दई है छोटिया छोटिया नु तानू इस करके पालिया कि तुसी बुजुर्गां नाल बदतमीजी करो
हजार ही नहीं रह गया तो आधे लोग कलम कुछ नहीं है यार, कुछ नहीं है। यहाँ तेन कुछ महसूस नहीं होया? आपके सामने तो बैठी हुई हूँ। बाहरों आई है ना? ਤੁਸੀਂ ਲੋਕ ਹਾਰਰ ਫਿਲਮਾਂ ਵੇਖ ਵੇਖ ਕੇ ਨਾ ਤੁਹਾਨੂੰ ਜਿੰਨਾ ਕੋਈ ਡਰ ਹੀ ਨਹੀਂ ਲੱਗਦਾ, ਮੇਰੀ ਤਾਂ ਜਾਨ ਨਿਕਲ ਗਈ। ਯਹਾਂ ਆਪ ਬੈਠੇ ਹੀ ਨਾ, ਆਪ ਅੰਦਰ ਹੀ ਚਲੇ ਜਾਏ। ਨਹੀਂ ਨਹੀਂ, ਬਹਿਵਾਂਗਾ ਮੈਂ ਇੱਥੇ ਹੀ, ਲੇਕਿਨ ਉੱਥੇ ਬਹਿਣਾ। ਬੇਟਾ ਖੁੱਲ੍ਹ ਕੇ ਟੁਰੋ, ਕੋਈ ਐਲਫੀ ਨੇ ਕੱਪੜੇ ਧੋਤੇ ਨੇ? ਅਜੀਬ ਗੱਲ ਹੈ। मेनू शक पैंदा कार च कोई गड़बड़ है, नहीं कोई चिन्ह का साया हो। मैं उठे ही आ गए साहब जी। हाले नवीर पैसे लगन गए, पैसे लगन गए। तू मां की खबर पक्की करवानी है, पैसे लगन गए। पैसे केड़े पैसे? वो चाहिए ने जनाब, थोड़े न गल नहीं करे, तुम अभी भौंकी जा रहे हो। मैं सरजीत, मैं तो सरजीत, तुम नहीं वो तो जेबा भी चक्कर लग गई है। ਤੁਸੀਂ ਲੁਕਣ ਮੀਟੀ ਖੇਡੀ ਕਦੀ? ਚਲੋ कुछ भी नहीं है यहाँ पर। कुछ भी नहीं? हाँ देखे।
जद कुछ भी नहीं तो फिर आए कल आपका वहम है। मेरा वहम नहीं है, कोई गल है विच नहीं नहीं साया मेरे ख्याल से जिन आया कोई जिन कुछ जरा ना हवाई तो कुट पे ही है। कोई जिन नहीं, आप पागल हो गए। मैं पागल हो गया हाँ। मैं पागल हो गया मैं पागल हो गया। पीछे पीछे आप जो मेरी शहीदा नु बाहर कढ़ो शहीदा शहीदा ते राजा मैं पागल हाँ, मेरे ते केस भी नहीं बनना। दीवारा दे पार नहीं वेखी रहा हुंदा, पता नहीं अगला की साल च बैठा होवे बेचारा। ब्लैक कैट तैनु मैं एक गल दसा की कोई नवा आईडिया नहीं भूल जा सारे आईडियाज नु पता नहीं क्यों ब्लैक कैट इस कारियां दीवारा सड़कां गलियां सब कुछ मेनू अपना अपना लगता है। ब्लैक कैट तैनु पता है ओ जेड़ी मेरी नसीबा ना ओ मेनू अपनी गुड्डो समझदी है। ओ पागल औरत हां ओ हले तक जिंदा है पर तू ओनू किन जाननी है। ओहो दरअसल मैं की ओनू ते पूरा शहर ही जानदा है। ले कैट सच दस कि मैं कौन आ मेरी की शनाख्त है। तेरी शनाख्त बस तू एक गल याद रख तू वैगन है ओ भी पार्टी लूट दी। ब्लैक कैट ते मजाक कर रही सा तेरी शनाख्त ऐ शहर दे हर पुलिस स्टेशन दे विच मौजूद है। देख पागल मैं तैनू पहले भी समझाया सी कि मलक सफदर बहुत अमीर आदमी है ਉਹਨੂੰ ਕਿਸੇ ਤਰੀਕੇ ਨਾਲ ਫਸਾ ਲੈ ਕਰੋਨਾ ਦੀ ਜਾਇਦਾਦ ਦਾ ਮਾਲਕ ਹੈ ਉਹ। ਲੈ ਕੈਟ ਮੈਂ ਜਰਾਇਮ ਦੀ ਰਾਹ ਤੇ ਤੁਰਕੇ ਤੁਰਕੇ ਫਸ ਗਈ ਆ। ਮਾਫ ਕਰ ਦੇ ਮੈਨੂੰ ਮੈਂ ਤੇਰੇ ਨਾਲ ਹੋਰ ਦੇਰ ਨਹੀਂ ਜੁੜ ਸਕਦੀ। ਤੇਰਾ ਕੀ ਖਿਆਲ ਹੈ ਕਿ ਤੂੰ ਮੇਰੀ ਅੱਖਾਂ 'ਚ ਮਿੱਟੀ ਪਾਉਣ 'ਚ ਕਾਮਯਾਬ ਹੋ ਜਾਏਂਗੀ? ਨਹੀਂ ਬੇਬੀ ਨਹੀਂ, ਤੈਨੂੰ ਇਹ ਪਤਾ ਹੀ ਨਹੀਂ ਕਿ ਪੁਲਿਸ ਕਿੰਨੀ ਅਜ਼ੀਅਤ ਦੇ ਕੇ ਮਾਰਦੀ ਹੈ ਔਰ ਪਤਾ ਨਹੀਂ ਕਿਸ ਕਿਸ ਇਲਾਕੇ ਔਰ ਕਿਸ ਕਿਸ ਤਬੀਅਤ ਦਾ ਸਫਾਈ ਭਰਤੀ ਹੋਇਆ ਹੁੰਦਾ ਹੈ। ਸੱਚ ਕਹਿ ਰਹੀ ਹਾਂ। ਇਹਨੂੰ ਮੈਂ ਤੇਰੀ ਧਮਕੀ ਸਮਝਾਂ? ब्लैक कैट सिर्फ धमकी देना नहीं जानती बल्कि अमल करना भी जानती है, समझी? ए? ओए पागल औरत आ गई है। मेरी गुनाह को आ रही है। फड़ी जरा। मेरी कसम है, होती कोई गल नहीं। सच्ची है, होती कोई गल नहीं की। जड़ी काम। बिल्लो मैंने बचा ले। क्या वे? बिल्लो 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 बचा। छुरी लिया मेरी छुरी लिया। ना छुरी। खबरदार। मैं इतनी गलत बात करके क्या दे? मैं तेरा खून पी जाऊंगी। ए हो जे सुखते सिर्फ मामा ही दे सकती है ना। देखो उठो। अबे। अबे मैं तेरा सुखी लेके आई हां। मेरा बड़ा दिल कर मैं डोली च बैठा।
छोटे छोटे तेरे भैन भरा कहेंगे किन 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 ओ मिस्टर या व्हाट मैथ है तू 2% ओके ओके 2% या ओ मैन लीडर लीडर किने कीता ओ मैन कुत्ती पै गई अच्छा कुत्ती पै गई यस आई एम कमिंग टू क्या तुझे पता लग गया वो कुत्ती सी ओ मैन पता नहीं बस कुत्ता कुत्ती है क्यों था अच्छा मिस्टर तुम हमको ये बताओ के मलक सफदर का घर ए है ये तू कौन है आई एम अंग्रेज अच्छा अंग्रेज यस यस हां ए होई ए हां होई ओके मिस्टर हम इधर रिश्ते के वास्ते आया है इधर हम आए हमको बड़ा प्रॉब्लम हुआ तुम लोगों का घर नहीं लगा मैं बड़ा खजल आया यार तू कहना मैं अंग्रेज अच्छा अच्छा देसी कुत्ती बुलाती चीका व्हाट चीका मिस्टर चीका चीका ओके और मिस्टर हम इधर आया हमको खरमेज खोए नहीं मिला अच्छा ठांगे तो बैठा यार घोड़े ने पूछल मारी थले ठीका बड़ा खजल है अच्छा अच्छा समझ गया तू यस समझ गया तेनू मरासिया का मुंडा पागल हो गया व्हाट मरासी मिस्टर ओए खाना खराब कहंदा अंग्रेज हां पीछे मोची दरवाजा निकलन दे व्हाट मोची दरवाजा अच्छा अच्छा जिथे 3 नंबर वैगन जांदी थले डिगा यार रात दी चुख पई
ठीक है ठीक है, बड़ा प्रॉब्लम हूँ। ओके उधर बैठो। यस ये व्हाई नॉट, आए कहाँ से ले आई हो? रिश्ते के वास्ते। अच्छा रिश्ते वास्ते, अखबार से पढ़िया तुसी कुड़ियां वंड दे। आ कने आ कुछ अटो रास्ते छोड़ो कने कुछ ए लेते बच्चों ने भाई छोड़ो ओए अंदर चले दे ओए अंदर आके बहा नहीं ओए लेते जरा सलाम अलैकुम अच्छा अच्छा जेड़े पिंडा च हुंदे ₹60 थले शमीज नहीं पाई हुई दो रिश्ते भी शेर दूध देंदिया ने दो गावां खाओ जल्दी दिखाओ ठीक है ठीक है बैठो खान नू देख जे जे जटी अर्ज करे ओ मैं पेडू देनिया पीड़दा मेरे लाल वाली कू कू कूती मरे आना खराज जी आड़ के चलना सी ते ड्राइवर नाल नहीं आना सी इधर आओ ना की ये ना फास्ट मेरा ना हाँ जी मेरा ना जी नी नीरमत प्यो दा ना ओए शीशी ना कर बच्चे बैठे हुए ने शीशी नहीं कहना ना तो सुनने वा हाँ शीर अहमद बच्ची मां दा ना मैं कह पाजी ए तुसी तकलीफ क्यों कर दे एदे पीछे हमको कड़ा करो पर पर्ल बोलेगा मां दा मां दा ना तो सुनने दे मां नीफा मैं थे आप नहीं आया मैनू अखबार लिया चलो जी तुसी ऐसा करो अंदर बैठो साहब जी ने बुला मैं अंदर बह जावा तुसी कुड़ी किसे होर नाल तो तो तोड़ दियो ओ मिस्टर तुम इसको रिश्ता मत देना क्या ये गरीब आदमी है घटिया आदमी है या अमीर आदमी अच्छा हमारा बड़ा बिजनेस है तेरा की गोया भी कितना ओ मिस्टर ये छोटा काम है हमारा बड़ा काम है की काम है लंदन स्टेशन पे मसवाखा बेचना फुल चावल्स यस माशाल्लाह देखा जो चेहरा तेरा अस्तगफिरुल्लाह चलो मिस्टर अंदर अंदर चलो चलो अंदर चलो चलो अंदर चलो चलो मिस्टर तुम भी अंदर चलो अंदर चलो चलो साहब अंदर चलो हम नहीं जाती है अंदर चलो। हम रिश्ता लेके जाएगा हम नहीं जाएगा मैं रिश्ता भेजू हाँ भेजू चलो मिस्टर वे ऐसा मत करो ये मेरा चेन है ये ना वे बदतमीज आदमी अभी आओ साहब जी की गल है मलिक साहब रिश्ते आए ने रिश्ते बड़ी वैरायटी आई है राज जाओगे अच्छा एक मिनट ठहर जरा कुड़ियां नु बुला लेंगे सारियां ले आओ हां थोड़ी
कली आई? नहीं शकीला भी आन दी है, आ जा भी बेटा शकीला। हाँ जी ले आ भी रिश्ते छड़। रिश्ते छड़ने हैं? हाँ पैर चुक लो। इधर नना आंदे अपने ते दही पाके उठ ही छड़ ला। ठीक ਦਾ ਪੀਪਾ ਦਾ ਰੌਲਾ ਦਾ ਸਵਾਦ ਹੋਵੇ ਓਏ ਲਾ ਸ਼ੇ नहीं जरा हमारे साथ शादी बनाओ, हमें बहुत कुछ होएगा, जरा हम बहुत डांस करेगा। क्या हुआ क्या? ओए टपना क्यों? तेरे आराम दे दिन ने नहीं सुते हैं ना सुते हैं ना कौन हो? गुच्छा ये गुच्छा यारा हमसे शादी उस लड़की के बनाओ। ओ लड़की ओए मासूम जी बची है माशाल्लाह, ओदी ते छिक भी इंज यारा से हमारा शादी बनाओ, हम उसे वतन लेके जाएगा, किशमिश खिलाएगा, मोटा बनाएगा। यारा क्या तेरे अड्डे फिट दे बीच पिस्तौल छोटी लग दी है, तू हाथ से तोप फड़या कर। यारा ये अभी छोटा छोटा असल अधिकार है, इधर देखो ये गौरी मजाल हमारा निशाना बहुत पक्का है। ताड़ा निशाना पक्का होवे तुसी अपने पकाने लोकां को पढ़वाओ। निशाना पक्का ओए मुसलमान है? पक्का मुसलमान। जरा जान किनू देनी हूं? खुदा को। खाल सानू देई। यारा तुम शादी बनाओ सिरी पावे भी रखो। सदके जावा तेरे सिरी पावे आदे। एक मिनट ठहर जा, पहले जरा मैनू बच्ची को ना पूछ लेन। पूछ पूछ। हाँ बेटा की ख्याल है? डैडी कुड़ी डर गई है। चलो उससे रहने दो, इससे बनाओ। ये हंसता है, ये देखो ये हंस रहा है, ये बनाएगा शादी। ये ना ये भाई हो गया भाई, ते पीपा दे रे ले दे सुआ दे देख लो पर। ये ना हो गया चल बुलाओ भाई। ए ये ना चल एक ही वो चलो गे 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 तती क्या समझो सा तोड़ा होना जवाई खादा वे अस्सलाम ले 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 आके निकल जा। ओए केड़ा आंदा समान हुआ तो बंद है। लेके निकल जावे कुड़ी, ये कमेटी है, लेके निकल जावे। ए कौन है माशाल्लाह रिश्ता जिदा अपना मोबाइल रुकन दे है? की ना है नी नी नीड़ा मत प्यो दा। ओए शीशी ना कर, बच्चियां ने नेपियां भी नहीं बननी हुई हैं। आ देख ले ऐसी वजह करके उन्हें उत्तों कपड़ा बनने आई। प्यो दा की ना है बेटा, प्यो की मुझ फंस जांदा है। मैं प्यो तो भी होना ना दसन दे। हाँ हाँ शीर अहमद बशीर अहमद। मां दा की ना? नीफा। तू सदके जावा तू नीफा दा पुत्त है? आहो ओही जड़ी चंगड़ा ने मुंडे ना नस गई सी। नहीं नहीं मेरी मां नाठी नहीं सकदी। क्यों? वो लूली सी। आहो लूली सी अगले कसीट के साथ के लै गए सन। नहीं नहीं चंगड़ा ने अति बटन लगाई। मैं बाबन
ਪਛਾਣ ਲਿਆ ਹੀ ਆਉਂਦਾ ਜਾਂਦਾ ਰਿਹਾ ਨਾ ਨਾਲ ਹਾਂ ਪੜੇ ਮਹਾਰਾਜ ਮੈਂ ਦੇਖਿਆ ਤੈਨੂੰ ਕੱਲ ਲਛਮੀ ਚੌਂਕ ਛਿੱਤਰ ਪੈਣ ਡੇ ਸਨ ਮਸੀਤ ਦੇ ਗੱਲੇ ਚ ਨਾ ਤੀਲੇ ਨਾਲ ਪੈਸਾ ਕੱਢਣ ਡਿਆ ਸੀ ਉਹਨਾਂ ਨੇ ਫੜ ਕੇ ਮਾਰਿਆ ਕਹਿੰਦੇ ਇਹ ਕੀ ਕਰਨ ਡਿਆ ਕਹਿੰਦਾ ਦਸ ਪਾਏ ਨੇ ਅੱਠ ਬਕਾਇਆ ਕੱਢਣ ਡਿਆ ਇਹ ਕਿਸ ਕਿਸਮ ਦਾ ਬੇਬਹਿਤਾ ਰਿਸ਼ਤਾ ਲੈਣ ਦਾ ਹੀ ਹੈ ਇਹ ਗੱਲ ਸੁਣ ਸਿਗਰਟ ਪੀਨਾ ਆਹੋ ਪਿਆਵਾਂ ਕਿਹੜਾ ਜੇ ਕੇਟੂ ਫਿਲਟਰ ਮੈਂ ਪਾਗਲ ਆ ਦੋ ਸਿਗਰ ਗੋਲਡ ਲੀਫ ਦੇ ਪੀਤੇ ਨੇ ਉੱਤੋਂ ਕੇਟੂ ਫਿਲਟਰ ਪੀ ਲਾ ਜੇ ਕਰਾਸ ਪੈ ਗਿਆ ਤੇ ਕੌਣ ਜ਼ਿੰਮੇਦਾਰ ਹੈ ਵਾਹ ਰੇ ਵਾਹ ਖਾਸ ਤੁਸੀਂ ਕੁੜੀ ਦਾ ਮੇਰੇ ਨਾਲ ਵਿਆਹ ਕਰ ਦਿਓ ਭੁੱਖੀ ਨਹੀਂ ਮਰੇਗੀ ਉਹ ਕਿਉਂ ਦਰਬਾਰ ਮੇਰੀ ਲੰਗਰ ਦੀ ਡਿਊਟੀ ਹੈ ਮਾਸ਼ਾ ਲੱਗਾ ਨੇ ਕਹਿੰਦਾ ਪੁੱਲ ਤੇ ਬੁਲਾ ਕੇ ਰਹਿ ਗਿਆ ਵੈਸੇ ਕਹਿ ਰਿਹਾ ਪੂਤਨੀ ਦਾ ਮੈਂ ਸਮਝਿਆ ਮੈਂ ਡਰ ਗਿਆ ਸਾ ਤੇਰੇ ਵੱਲ ਕਦਮ ਮੂੰਹ ਕਰਕੇ ਕਿਹਾ ਮੈਂ ਉਧਰ ਤਾਂ ਕੀਤਾ ਓਏ ਉਹ ਗਾਣੇ ਸੁਣਾ ਜਿਹੜੇ ਤੇਰੀ ਮਾਂ ਸੁਣਾਉਂਦੀ ਹੁੰਦੀ ਜੀ ਕਿਹੜਾ ਉਹ ਤੇਰੀ ਮਾਂ ਨਹੀਂ ਸੁਣਾਉਂਦੀ ਸੀ ਕਿਹੜਾ ਮੈਨੂੰ ਨੋਟ ਵਿਖਾ ਮੇਰੇ ਮੂਡ ਬੜੇ ਨਹੀਂ ਤੇ ਉਹ ਗਾਣਾ ਸੁਣਾ ਜਿਹੜਾ ਇਹਦੀ ਮਾਂ ਗਾਉਂਦੀ ਹੁੰਦੀ ਸੀ ਮੈਂ ਅੰਬ ਚੂਪਣ ਲਈ ਗਈ ਜਾਣ ਕੇ ਫੜੀ ਗਈ ਮੈਂ ਬੜਾ ਰੌਲਾ ਪਾਇਆ ਕੋਈ ਵੈਰ ਵੀ ਨਾ ਆਇਆ ਹਾਂ ਗੱਲ ਸੁਣ ਵੈਸੇ ਮਲਕ ਸਾਹਿਬ ਬੜੇ ਬੜੇ ਬਗਾਰਤ ਵੇਖੇ ਨੇ ਤੇ ਤੂੰ ਕੀ ਸਮਝਿਆ ਤੂੰ ਦੁਨੀਆ 'ਚ ਇਕੱਲਾ ਹੀ ਫਿਰਨ ਡਿਆ ਤੁਸੀਂ ਆਪਣੇ ਵੱਲ ਕਿਉਂ ਨਹੀਂ ਜਾਣ ਡਿਆ ਨਹੀਂ ਜੀ ਦੁਨੀਆ ਭਲੀ ਸੋ ਭਲੀ ਆਹੋ ਆ ਵਿੱਚ ਆ ਵੀ ਫਿਰਨ ਡਏ ਮੈਂ ਵਿਆਹ ਲਈ ਬਾਬਾ ਜੀ ਕੋਲੋਂ ਤਵੀਜ਼ ਲੈ ਕੇ ਆਇਆ ਵਾਂ ਅੱਛਾ ਕਹਿੰਦੇ ਤਵੀਜ਼ ਲੈ ਜਾ ਘਰ ਲੈਣਾ ਬੈਣਾ ਹੋ ਜਾਣਗੀਆਂ ਫਿਰ ਮੈਂ ਤਵੀਜ਼ ਲੈ ਕੇ ਘਰ ਵੜਿਆ ਵਾ ਨਵਾਂ ਟੀਵੀ ਖਰਾਬ ਹੋ ਗਿਆ ਲਹਿਰਾਂ ਆਉਣ ਡਈਆਂ ਨੇ ਸਦਕੇ ਜਾਵਾਂ ਤੇਰੇ ਤੈਨੂੰ ਵਿਆਹ ਦਾ ਕੋਈ ਤਜਰਬਾ ਵੀ ਹੈ ਬੜਾ ਚਾਰ ਵਿਆਹ ਕੀਤੇ ਸੀ ਇੱਕ ਮਰ ਗਈ ਜਦ ਤੇਰੇ ਕੋਲ ਤਿੰਨ ਬੁੱਢੀਆਂ ਹੈ ਨੇ ਫਿਰ ਚੌਥਾ ਕਿਉਂ ਕਰਨਾ ਚਾਹੁੰਦਾ ਤਦਾਦ ਪੂਰੀ ਕਰਨੀ ਸਦਕੇ ਜਾਵਾਂ ਤੇਰੇ ਸ਼ੋਕ ਕਰਨਾ ਕੀ ਹੈ ਮੈਂ 10,000 ਰੁਪਇਆ ਮਹੀਨਾ ਕਮਾਉਣਾ ਵਾ ਅੱਛਾ 20,000 ਰੁਪਇਆ ਕਮਾਉਣਾ ਸੀ ਸਟੇਸ਼ਨ ਵਾਲੇ ਅੱਡੇ ਤੇ ਕਬਜ਼ਾ ਹੋ ਗਿਆ ਉੱਥੇ ਕੀ ਕਰਨਾ ਮੈਂ ਉੱਥੇ ਮੰਗਣਾ ਮੰਗ ਓਏ ਹੁਣ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਇੱਕ ਨਿਕਲੋ ਬਾਹਰ ਸਾਨੂੰ ਧੋਤੀ ਵਾਲਾ ਰਿਸ਼ਤਾ ਵਾਰੇ ਚ ਹੀ ਨਹੀਂ ਭੈਣ ਨਿਕਲ ਵੀ ਭਾਈ ਹੈ ਕਿਸ ਕਿਸਮ ਦੇ ਰਿਸ਼ਤੇ ਛੱਡਣ ਦੇ ਆ ਚੂਈ ਚਾਵਲਾ ਚੱਲ ਮਰਸੀਡੀਜ਼ ਖਾਣਾ ਪੀਣਾ ਛੱਡ ਸਕਣਾ ਛੱਡ ਸਕਣਾ ਵਿਆਹ ਤੋਂ ਬਾਅਦ ਕੁੜੀ ਨੂੰ ਛੱਡ ਸਕਣਾ ਛੱਡ ਸਕ ਨਿਕਲ ਬਾਹਰ ਆਪਣੀ ਬੱਚੀ ਤੇ ਪੁੱਛੋ ਪਹਿਲੇ ਕੀ ਖਿਆਲ ਹੈ ਬੇਟਾ ਕੁੜੀ ਡਰ ਗਈ ਹੈ ਬੇਟਾ ਨਿਕਲ ਮਿਸਟਰ ਡਰੀ ਨਹੀਂ ਹੈ ਸ਼ਰਮਾ ਗਈ ਹੈ ਬੇਵਕੂਫਾ ਬੇਟਾ ਘਬਰਾ ਮੇਰੀ ਬੱਚੀ ਵੱਲੋਂ ਇਨਕਾਰ ਆ ਬਈ ਮੇਰਾ ਕਦੀ ਮੂਡ ਬਣਿਆ ਤੇ ਦੱਸਾਂਗੇ ਓਕੇ ਮੇਰਾ ਹੱਲੇ ਆਪਣਾ ਆਟਾ ਲਾਇਆ ਓਕੇ ਮਿਸਟਰ ਠੀਕ ਹੈ ਤੁਮ ਲੋਗ ਰਿਸ਼ਤਾ ਨਹੀਂ ਦੇਣਾ ਤੋ ਨਾ ਸਹੀ ਲੇਕਿਨ ਹਮ ਤੁਮਕੋ ਇੱਕ ਦੁਆ ਦੇ ਕੇ ਜਾਤਾ ਹੈ ਅੱਲਾ ਕਰੇ ਤੁਮਾਰਾ ਰੀਮਾ ਕੇ ਸਾਥ ਸ਼ਾਦਾ ਹੋ ਤੇਰੇ ਮੂੰਹ ਚ ਬਾਬਰ ਅਲੀ ਹੋਏ
अल्लाह करे तुम्हारा रीमा के साथ शादा हो। तू कौंड चुके विचो शफकत चीमा निकल। ये सारा कुछ तेरी वजह करके हो रही है, ये नाना पाती नहीं कर। अच्छा जी शीशी कपूर साहब। शीशी कपूर साहब वो कोई चज दा रिश्ता कोई नहीं है इस घर च। दसो यार इश्तिहार ही तुहाडे ढिले ढिले सन। अच्छा तू अज सदका देना। क्यों जी? पूरा दुपट्टा तू चुक के फिरन डे है, नजर ना लग जाए तेन। कम इन। माशाल्लाह ये बच्चा कौन है? शक्लो किड्डा मासूम और शरीफ लग रहे। फुल शरीफ है आजकल। अच्छा फुल शरीफ है जी। अब्बा जी। हाँ जी। मैं जरा जुमा पढ़ रहा हूँ। बेटा आज तो इतवार है। जुमे नु रश बहुत आता है। गल सुन एडवांस ही पढ़ना ना ते नमाज जनाजा पढ़वा लो जी अपनी। बच्चा बड़ा कानी जी है, मेरा मतलब है जो कुछ है। तुसी रहन दे एडे फास्ट मुसलमान, तुसी सारा कुछ पहले ही पढ़न दे। अच्छा बेटा तू माशाल्लाह शक्लो चंगा लगा, किस वास्ते आया? रिश्ते वास्ते जी, और की अंब ला रहा है। अच्छा रिश्ते वास्ते आया। हां जी। ए खोखा बा कोई गल पूछनी? तुम्हारा नाम? नवीद। क्या नवीद? नवीद रहते कहां? रहते कहां? अपने कार। अपने कार। घर किधर है? घर पूछे ना? नहीं आप पूछे। घर किधर है? घर इचना मरोड़। है इचना मरोड़ रहता जलो मरोड़ दे कोल, जिस ते तुखम लगा नहीं सी रहती पहले, तो फिर सब कोल आ गया सी, ते दही दे नाल निकल के अगला घर है ना था। चंगा भला उहदा ढिला ढिला घर उहनूं सख्त करन डे आ तू। वैसे मुंडा बहुत पसंद आया। कुड़ी नूं पुछो भाई। कुड़ी नूं भी पुछ लैण बेटा तेनूं कार जवाई बन के रहना पैना। मैं तशद्दुद करां, मैं जुतियां मारां, मैं कुत्ता कुत्ता कवां, अगो कुछकना नहीं बोलना नहीं। ठीक है ते टाइम दसेगा। आओ टाइम। ए टाइम नहीं दसेगा, अंदर कड़ियाल लो आया उठो देखना टाइम। जी जी। ओदा मतलब मैं खिदमत ही इतना करांगा कि तुसी ये कहोगे ही नहीं। हां बिल्कुल ठीक है भाई, मेनू तो पसंद आया, बच्ची को ना पूछ ले। चल बेटा। हां बेटा की ख्याल है? है कुन्नी है? कुन्नी नहीं मीसनी है भाई। कुड़ी लो भी हां हो गई, मुंडे लो भी हां हो गई। तू हूं दस मेरी खिदमत करेगा ना? बिल्कुल जी सारी खिदमत करांगा, जो कहोगे करांगा जी। ठीक कोई मेरा मतलब है कि अपना अच्छा सारी जिंदगी मैं ताड़ी खिदमत करांगा। हाँ। जी सारी जिंदगी मैं अब्बा जी जी। हाँ। अब्बा जी सारी जिंदगी ताड़ी खिदमत करांगा। हाँ। सारी जिंदगी ताड़ी खिदमत करांगा ते सारी जिंदगी अपने बीवी दे थल्ले लग के रहांगा। बेटा इन्ना भी थल्ले ना लग, बाद च नशो बेगम नु खुरचना पवे। हुण याद रखी वीडियो च भी हो गया। इधर आ जा मेरा बेटा। कोई फंक्शन फंक्शन खुशी दे मौके। हां भी कुड़ी दी गल पक्की होई या कोई फंक्शन होना चाहिए।
वो भाई पत्थर मैं क्या है मैं बुड़ी हूं मैं बुड़ा हूं क्या है मैं भाई कुछ नहीं कर वो क्या कर रही है मेरे यकीन करो चाची अभी की कह रहे मैं तो कुछ नहीं किया छुरी लग गया मेरी मतलब चाटी भैया मेरी छुरी लग गया मैं इन्हें इन्हें टेढ़ी से छुरी मारा जमा दे अरे मर जाके चाची अल्लाह मियां ने टेढ़ खान ले दिता परवान ले नहीं शादी बनाओ उसका किधर मेरे साथ उन्हें ब्याह कराना मरना नहीं तेरे तेरे नाल मेरे साथ शादी बनाओ उस कुड़ी का ब्याह हाँ तेरा बेड़ा गर्क हो जाना जिन दे बचिया वो क्या है चची तू होने बाहर निकलेगा ना हाँ तू मर जाएगा तू मर जाएगा और ट्राले से लेके मरेगा नहीं ऐसी बातें बात तू बैठी तू बैठ ओ निकल तेरे मुझे साथ ओ कैन दिया जी मेरी तो पहन है चल तू आ जाके कर से मैं तो जेदी ने मिलना आई था तेरे में दिन में तेरे केड़े दिन है तेरे कोटे वाले कपड़े भी बांध करे हां हां यार तेरी आज भी आ गई है केड़ी जाओगे ओठे लाला कोड़ी तो बैठा है इससे शादा हम करेगा इससे शादा हम करेगा ये हमारी वोटी है हम इसका वोटा है की है वोटा शादी करेगा हम मैं तेरे क्या पास आ जा तुम हमसे शादी करो तुमको बड़ा फायदा होगा क्या फायदा होगा मैं खड़ा पूछ रहा कितों आई या कितने चली खली मौजा कर ओ हम इससे शादी करेगा करिए तो और जा फिर आई इसके साथ शादी हमारा हो गए माइकल जैक्सन की कुत्ती ये इसके साथ शादी हमारा होगा शादा हम करेगा गंजू वह मारती है हाँ नहीं चढ़ेगा शादा करेगा वह हमारा शादी होएगा उसके साथ वह जे तुसी ओदे नाल गल कीती मैं तुहाडियां लत्तां प प प भर दिया ਚਿਰੀ ਤੇ ਨੂੰ ਤੂੰ ਲੱਤਾਂ ਫੰਨਣੀਆਂ ਅਸੀਂ ਦੌੜ ਲਾ ਜਾਣੀ ਬਦਤਮੀਜ਼ਾ ਤੇਰੀ ਸ਼ਾਦੀ ਨਹੀਂ ਤੇਰਾ ਹਕੀਕਾ ਹੋਏਗਾ ਬੜੇ ਹੋਇਓ ਵੇ ਉਸ ਕੇ ਸਾਥ ਸ਼ਾਦੀ ਮਾਰਾ ਹੋਏਗਾ ਮਾਰਾ ਹੋਏਗਾ ਨਹੀਂ ਸੁਣੇਗਾ ਦੇਖੋ ਕੌਣ ਹੈ ਓਏ ਓਏ ਉਹਨਾਂ ਅਗਿਆ ਹੁੰਦਿਆ ਇੱਥੇ ਓਏ ਆ ਕੀ ਗੰਦ ਪਾਇਆ ਤੂੰ ਇਹ ਤਾਂ ਇੱਥੇ ਤਾਂ ਬਾਏ ਓਏ ਉੱਤਰ ਮਰ ਡੰਡਾ ਮਾਰਾਂ ਤੇਰੇ ਨੱਕ ਤੇ ਮੈਂ ਚਲੋ ਤੁਸੀਂ ਛਾਤਾ ਓਏ ਉੱਤਰ ਮਾਰ ਛਾਤਾ ਮੈਂ ਡੰਡਾ ਮਾਰਨਾ ਜਾਤਾ ਦਾ ਪੁੱਤਰ ਖਬਰ ਦਾ ਬਕਵਾਸ ਕੀਤੀ ਮੇਰੇ ਅੱਗੋਂ ਛਾਤਾ ਦੋ ਚਲੋ ਇੱਧਰ ਆ ਜਾਓ ਅੱਤੇ ਜਨਾਬ ਇੱਧਰ ਤਸ਼ਰੀਫ ਲਾ ਜਾਓ मेरी बुढ़ी नू छेड़ दे क्या है? देखो साहब इसके साथ हमारा शादी बनाओ तुम्हारा जो बनेगा ले लेना ਤੇਰੀਆਂ ਮੌਜਾਂ ਲੱਗੀਆਂ ਭੈਣੇ ਅੱਲਾ ਦੀ ਕਸਮੇ ਦੋਵੇਂ ਨਾ ਮੇਰੀ ਹੋਣ ਵਾਲੀ ਬੁੜੀ ਨਾਲ ਨਾ ਪੂ 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 ਪੂੰਡੀ ਕਰਨ ਦੇ ਨੇ ਇਹ ਕਿਹੜੀ ਨਵੀਂ ਪੂੰਡੀ ਆ ਪੂ ਪੂ ਪੂੰਡੀ ਹਾਂ ਇਹ ਮੈਂ ਸਿਰਫ ਦੂਰੋਂ ਖਲੋ ਕੇ ਹੁੰਦੀ ਕੀ ਹੋਣ ਡਿਆ ਇਹ ਤੇ ਕਾਨੂੰਨ ਭੈਣੇ ਹਾਂ ਓਏ ਐ ਗੰਜੇ ਸੂਰ ਤੋਂ ਮੈਨੂੰ ਬਚਾ ਲਓ ਓਏ ਓਏ ਬੁਲਬੁਲ ਜਨ ਓਏ उधर मुंह करो क्यों इधर कानूनी कार्रवाई होने दी उधर देखो भाई ने हां नट जो क्यों पुलिस आ रही जे एटा ये बड़ा बदतमीज है मुंडा इने परसों में डराया कैसे ओ भाई तो होटल में बैठ रोटी खान दे अच्छा ए लान दी जे पीछे जे मेरे कान को ला के कहंदा ओ स्टूडेंट आ गए मेरा क्या करता प्लेट जा भी मेरी तुम भी अपने पल्ले से खाओ ना
ਆਪਣਾ ਆਪ ਆ ਕੌਣ ਕੋਲ ਇਹ ਆਪਾਂ ਹੈ ਆਪਾਂ 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 ਇਧਰ ਆ ਇਧਰ ਆ ਇਹ ਤਾਂ ਪਾਗਲ ਨੇ ਕੀ ਹਲ ਕਿਉਂ ਉਹ ਖਲੋਇਆ ਕਿਉਂ ਉਹ ਖਲੋਇਆ ਕਿੱਥੇ ਅਗੀ ਆਉਂਦੇ ਇਹ ਤਾਂ ਕੀ ਕਹਿੰਦੇ ਨੇ ਮੁੰਡੇ ਹਾ 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 ਹੌਲੀ 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 ਇਹ ਇਹ ਸਾਰੇ ਭਾਈ ਨਾ ਇਹ ਸਾਰੇ ਭਾਈ ਨਾ ਇਸ ਕੁੜੀ ਨਾਲ ਵਿਆਹ ਕਰ ਦੇਣੀ ਸਾਰੇ ਸਾਰੇ ਭਾਈ ਇਹ ਤੁਹਾਨੂੰ ਕਿਨੇ ਆਦਤ ਪਾਈ ਓਏ ਹਾਂ ਸਾਰੇ ਹੀ ਵਿਆਹ ਚੱਲ ਬਾਹਰ ਦਾ ਹੋ ਇਥੋਂ ਛਾਤਾ ਹੈ ਬਦਤਮੀਜ਼ ਮੈਂ ਹਮ ਇਸ ਸੇ ਸ਼ਾਦੀ ਕਰੇਗਾ ਓਏ ਕਿੰਨੇ ਕੌਣ ਤੇਰਾ ਜਵਾਈ ਆ ਨਾ ਚੋਂ ਹਾਂ ਓ ਕਿਦੀ ਸਾਥ ਸਾਥ ਇੰਨਾ ਚ ਤੂੰ ਕਿੱਥੇ अच्छी लड़ी निकले तू कर ला तू लमी है जी कि व्याह करना पिछो गल मुका करे ना परले नाल ते दो महीने प्रैक्टिस करनी पैनी है तेन आहो घर जाग ना कभी अपने तो फ्रिज सुट ली कभी वड्डी लमारी सुट ली ओ जड़ा मैं पहले मोटा बनाएंगे ओ चला मोटा बनाएंगे चला मारे गंद पाया इधर चल अगला मारी तो छाता है ओ छाता की थे तू छाता मैं ओ जातू है तू जातू चल एडा खनून होएगा ते खार होएगा खनून और देखी ये है छिलड़ मैं पागल एक गल दसो पूछ पूछ चलो बच्चे फोन आले हुंदे रे मां सोनिया सोनिया सुन फेर ना होना चलो तुम भी जाओ तेरे बाहर ना फिरिया करो क्यों तुहाडे अरमान करन दे दिन ने तू तो उठ पा तेन की होया मेरी गल सुन मैं पता लगा भी शहर च दो जनानिया एक नाम ब्लैक कैट एक कुड़ी जवान जी और नाम बिलो वह बंदे लुटते फिर शहर च अच्छा तू कि ब्लैक कैट तो नहीं क्योंकि तू बाहर चली जा चल अच्छा चल तू तेरे मुंह से चढ़े पाए ना योजा कुड़ी ने विह नहीं होंगे भाई जो कोई रही है हां बिलो जल्दी ना समान पैक कर ले पूरी सड़क पीछे लगी हुई है ऐना वैसे कानून की लपेट च आई है जल्दी ना निकल चली लेट गेट और मैं पुलिस को नहीं डरती मैं अपने हाथों से खुशी के नाल हाथ कड़ी लगा ला और तू पागल हो गई की हो गया तेनु हां हां मैं पागल हो गया और इस वास्ते केस काटी हर चीज में अपने वजूद का हिस्सा लगती है देख बिलो मैं तेनु कल्ले छोड़ के इतने नहीं जा सकती तू जल्दी ना सामान पैक कर ते चल चलिए बस मैं तेरे ना जाऊंगी जरूर पर मेरी एक शर्त है की मेरा सवाल वही है तेरा मैं सालों पहले खा लिया कि मैं कौन हूं मेरी की शनाख्त है ले फिर सुन असि दोनों को बाप दी औलाद हां एक खून हां तेनु की बतावे पागले कि किन्ना मुसीबतां ना मैं तेनु पालया हैगा जॉर्ज मैं तेरे जमीन दी स्याह काल तेरे चेहरे ते वेख चुकी हां इससे पहले कि ऐसा कुछ हो जाए
की कर लेगी तू है? मैं की करांगी? किथे जा रही है तू? मैं जा रही हूं थारे, क्योंकि मैं जनानी की जिंदगी जरा देर बर्दाश्त नहीं कर सकती। तेरे जो करना कर। बिल्लो तू मेरी गल से सुन ना। जी बाहर आवे ना जरा। तू मैनू कहा सी के घर जो आई आके रहेगा तो मेरा भी ब्याह हो जाएगा, हुण मैं की करा? तुसी डिस्टर्ब करो उन्हां नू, ज्यादा तो ज्यादा करो। और किन्ना मैं डिस्टर्ब करा? मैं उन्हां दे दरवाजे में टकरा मार मार के अपनी पुरपड़ियां सजा ली हैं। मैं उन्हां दे कमरे का कनैक्शन कट दिता, छत से जाकर टपदा रहा, लेकिन कोई खैर की खबर नहीं आन रही। जाके पानी का गिलास पिया, ठंडा ठंडा कितों लिया? फ्रिज चो। फ्रिज उत्ते? फ्रिज उत्ते? जो उन्हां नू भड़की नहीं लगन दी। रोटी दी बुरकी खवा दे। रोटी की थे आटा चुल्ला तवा चिमटा उत्ते सब कुछ उत्ते? उन्होंने कुछ नहीं खाना, निर्णय कलेजे ही। सब कुछ उत्ते। मैं बाहर आ वड्या जवाईया। ओ जवाई हो ऐ ते लगदा कमादा जे बोल बोल बोलन दे हो। आए नाइयां नाइयां सदके जावा, उन्हें उत्ते ही नहर वाला माहौल बनाया ही। सदर साहब हां तकलीफ है। दस दिन हो गए ना, तू कमरे बाहर क्यों नहीं निकल दिया? मेरी मर्जी कमरे बाहर नहीं निकल दिया, ब्याह किया मैं, की तकलीफ है तुम? थल्ले उतर। राम नाल थल्ले उतर, एडी मुश्किल नाल मैं उत्ते आया। थल्ले थल्ले आ थल्ले आ। मैं ना तमीज नाल गल करो सोहरा साहब, मैं तुम्हें दस रहा। ओए मैं सोहरा तेरा, तेरे नाल तमीज नाल गल करा? तू मेरी कुड़ी दे तराना लिखण दे। मैं ना तमीज नाल गल करो, मैं आ जावांगा। ओए बह के गल कर, बह के गल कर। मेरी गल सुनो, मैं ना तमीज नाल गल करो, आराम नाल गल करो। अच्छा की कर लेगा तू? तुहानू तो मैं कुछ कह नहीं सकता। मैं अंदर चलिया। ओए ओए की बन गई है, इनू समझांदा क्यों नहीं तू? है यार अपना की होया? गर्मी है बड़ी। माशाल्लाह जदों मैं देखिया सी उदों ते पखा चलण डिया सी यार। तुसी चाबी मार ली है? हां रस्ता बड़े बड़े बगैरत बैठे थले आ। अब्बा जी दफा करो इन्हां गल्लां नूं, की पिया थले आ उत्ते? मेरी गल सुनो। की? इक गल ते दसो। पुछ। सियाणे बैणे आदमी हां, उम्र गुजारी है तुसी हां, अद्धा किलो दुध दे विच दो देसी अंडे फैट गए। मैं की दसा सारिया ने, पहले ही दस दिता। मैं दसा दिनां नूं रोण डे, महीने का प्रोग्राम बनाई बैठा ही। न्यानी पानी पानी यार को, वो बुजुर्गों को किस किस्म दी गल्लां पुछण डे तू? माशाल्लाह चादर भी लिती उत्ते जुआ करान दे। आज की तकलीफ है सोहरा साहब? तकलीफ तकलीफ करन रहे, तेनू हया नहीं आन दई? मैं तुहानू दस बार समझा चुका, मैं ना तमीज नाल गल करो। किहदे नाल बोलन डे तू? आ जा, तुहानू तां कुछ कह नहीं सकदा। की है? ते मैं फिर उत्ते चलिया। ओए बस, ओ खुदा दा वास्ता यो बेटा इत्थे खलो के गल कर, तू ते कुर्सियां दे मुंह मोड़ते ने। ओए कर कर की है? दफा करो इना गल्लां नू, की पे है? हां बाबा जी गल ते दसो। पुछो ते दुध दे विच अपना छुआरे पा के राती पी लो ते की असर होंदा?
ਕਿਹੜਾ ਮੌਸਮ ਚੱਲਣ ਦਿਆ ਨੁੱਕੋ ਖੂਨ ਆਇਆ ਨਹੀਂ ਚਬਲਾ ਨਾ ਮਾਰੋ ਕਰਾਇਆ ਕਰੋ ਮੇਰੀ ਗੱਲ ਸੁਣੋ ਹਾਂ ਅੱਬਾ ਜੀ ਹਾਂ 50,000 ਦਾ ਚੈੱਕ ਲਿਖ ਕੇ ਦਿਓ ਸਦਕੇ ਜਾਵਾਂ 25 ਦੇ ਨੂੰ ਛੁਹਾਰੇ ਲੈ ਆਵੇ ਮੈਂ ਕਿੱਧਰ ਜਾਵਾਂਗਾ ₹50,000 ਮੰਗਣ ਦੇ ਮੈਂ ਕਿੱਥੋਂ ਦੇ ਰਿਹਾ ਨੰਗੀਆਂ ਤਾਰਾਂ ਹੱਥ ਚ ਫੜਾ ਪਰ ਇਹਦੇ ਹੱਥ ਚ ਵੀ ਨਾ ਫੜਾਈ ਇਹ ਤੇ ਫੇਰ ਚਾਰਜ ਹੋ ਜਾਏਗਾ ਮੈਨੂੰ ਤਾਰਾਂ ਲਾਓ ਚੱਲ ਦਫਾ ਚੰਗਾ ਨੀ ਕੀਤਾ ਕਿਸੇ ਮਕਾਰ ਹਿੰਦਲੀ ਦੇ ਆ ਬੱਚੇ ਆ ਨੱਕ ਵੀ ਦੇ ਚੱਕ ਕੱਟਾ ਮੈਨੂੰ ਨਜ਼ਰਾ ਹੋਇਆ ਹੋਇਆ ਚੱਟ ਪੈ ਜਾ ਅੱਛਾ ਵੀ ਮੈਂ 50 ਦੇ ਸਟੈਂਡਰਡ ਕੀ ਹੁੰਦੇ ਆ ਬੀ ਬੀ ਬੈਨ ਬੈਨ ਰੇ ਰੇ ਤੇ ਸਾਰਾ ਕੁਝ ਲਿਖ ਕੇ ਅੱਗੇ ਤੇਰਾ ਮੂੰਹ ਬਣਾ ਦਿਆ ਆਪਣੀਆਂ ਮੁੱਛਾਂ ਲਾ ਕੇ ਵਿੱਚ ਰੱਖ ਦਿਓ ਪੜ੍ਹੇ ਲਿਖੇ ਵੇਖ ਲਵੋ 50 ਦੇ ਸਪੈਲਿੰਗ ਨਹੀਂ ਆਉਂਦੇ 50 ਪੀ ਜੇ ਅਲਫਮਤਾ 50 ਹਜ਼ਾਰ ਦੇ ਐਚ ਜ਼ੈਡ ਰੇਲ ਫਲਾ ਇਹਦੇ ਹਜ਼ਾਰਾਂ ਬਣ ਗਏ ਆ ਮੇਰੀ ਸ਼ਰਟ ਥੱਲੇ ਸੁੱਟ ਦੇ ਕੀ ਮੌਜ ਲੱਗੀ ਬੇਟਾ ਗੈਸਟ ਹਾਊਸ ਨੂੰ ਦਵਾਵਾਂ ਦੇ ਮੈਂ ਜਾ ਕੇ ਵਕੀਲ ਨਾਲ ਮਸ਼ਵਰਾ ਕਰਾਂ ਕਿ ਇਹ ਜਿੰਨੀ ਜਾਇਦਾਦ ਹੈ ਕਿਸੇ ਤਰੀਕੇ ਨਾਲ ਮੇਰੇ ਨਾਮੇ ਲੱਗ ਜਾਵੇ ਕਿਉਂਕਿ ਮੁੰਡਾ ਵੀ ਇੱਥੋਂ ਨਿਕਲ ਗਿਆ ਕੁੜੀ ਵੀ ਕਿਧਰੇ ਕੱਲ ਨੂੰ ਮੈਨੂੰ ਇਹ ਕਲਪਾਨ ਨਾ ਇਹ ਪੈਨਸ਼ਨ ਦੇ ਮੈਨੂੰ ਸ਼ਾਇਦ ਉੱਥੇ ਕਿਤੇ ਸਾਈਨ ਕਰਨੇ ਪੈਣ ਤੇ ਨਾਲੇ ਗੱਲ ਸੁਣ ਉਹ ਜਾਇਦਾਦ ਦੀ ਇੰਸ਼ੋਰੈਂਸ ਕਰਨ ਵਾਸਤੇ ਇੱਕ ਅਫਸਰ ਆਏਗਾ ਉਹਨੂੰ ਜ਼ਰਾ ਇੱਜ਼ਤ ਨਾਲ ਬਿਠਾ ਲਈ ਬੇਟਾ ਮੂੰਹ ਤੇ ਕੱਪੜਾ ਪਾ ਬੱਚੇ ਰੋਣ ਦੇ ਚੱਲ
ਲੱਗਦਾ ਘੋੜਾ ਘੋੜੇ ਲੈ ਮੈਂ ਚੱਲੇ ਹੋਈ ਜਦੀ ਹਾਂਜੀ टाइटी भी लाती है उनते कगरी को ले लो ए हां मशर की गुड़ी यार मैं बुला के बड़ा बट्टा जी पाशा भी नी काका नी ही ना प्राई ओ मेरा नी काका अरे काका ये कैसी तब्दीली ओ शाहिद ये तुमने मुझे कैसी क्या कर दिया है कितना अच्छा लग रहा है सब कुछ है ना अब नाराज होकर जाना चाहते हो तो जाओ मैं नाराज होकर कहाँ जाऊंगा जिंदगी के सफर में अगर तुम साथ हो तो सफर अच्छा कट जाएगा देखो कुछ पाने के लिए कुछ खोना पड़ता है अपने आप को माहौल के मुताबिक ढालना पड़ता है शाहिद तुमने मुझे कहा था ना क्या कि तुम्हें वही कोकब चाहिए जो दो चोटियां करती रेत की घर बनाया करती थी अच्छा। वो कोकब हाजिर है अब शाहिद अब रेत का घर नहीं सचमुच का घर बनाए अच्छा तुसी भुड़कंडे भाई बहुत खुश हुआ मैं ये तकदीर देखकर शायद तेन मैं की दसा मेरा सोहरा कि सोहरा कुत्ते का पुत्र कितने मैं दसो करा ले उन्हें नकली मैं चेक दिता है नकली सहन करके मैं बैंक वाले ने थाने कल दिता है पांच पांच पुलिस वाले सन शायद पुलिस वाले तो एक मान नहीं आता पांच अल्लाह मेरी तौबा पहले एक ने मैनू मारिया फिर दूजे ने मारिया फिर तीजे ने मारिया चौथा आगे कहना पुठिया लम्बिया बह जा वो क्यों भाई वो पठान सी जो पंजवा आया अल्लाह माफ वो लांदी पहले साइकिलों नू पंचर लांदा सी उन्हें पहले मनु रेग मार फेरे है फिर सलूशन ला के चित्तर मार के कहना हूं लीक करें ते मनु दसी उन्हें मैं चुक के पानी वाले टापे चेकिंग आस्ते पाया है मैं भी बड़ा लानती हाँ दो बुलबुले मैं फिर भी छटे अरे तू ट्यूब नवी पवा है खाना खराब है पार्टी से जाना सी पैसे नहीं मिले हूँ की करा एक मिनट ठहर जाओ शकीला शकीला जनाब बुलाओ फिर आ जाएगा कोई शकीला कुछ पैसे थे मेरा सूट लाके थले आ जा अरे उई बीवी नू रहना चाहिए आ गए हेलो चलो 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 बीवी है मैं नौकर पढ़ाया कहती चलो चलो मैं आ रहा एक मिनट एक जरूरी फोन कर रहा मैं हेलो मेरा सोरा जिथे लगे मार दे यार हाथ पा मार बहुता वो टोर पाओ मुझी होया चल चल अगे लग अगे लग डंडा मारा तेरे लाख के जमा ओथे पाओ ओथे पाओ एथे रख सारा पिंडा रख दे एथे ढेर ला रोई ना खबरदार जे रोई होगा तू दे पुत्र मैं सोटियां मार मार के लाशों पाचियां सो
ਇੱਥੇ ਕਰਕੇ ਲਾਸਾਂ ਪਾਈਆਂ ਨੇ ਚੱਲ ਝੂਠੀ ਕਸਮੇ ਲਾਸਾਂ ਪਾਈਆਂ ਸੂ ਵਹਾ ਝੂਠੀ ਹੈ ਇਹ ਤਾਂ ਮਤਾ ਬਈ ਕੋਈ ਨਾ ਕਰੇ ਮੇਰੇ ਹੁੰਦੇ ਮੈਂ ਆਖਣਿਆ ਤੁਹਾਨੂੰ ਮੈਂ ਮਾਫੀ ਚਾਹਣਾ ਸੁੰਤਰੀ ਸਾਹਿਬ ਸਿੱਧਾ ਕਹੋ ਥਾਣਦਾ ਹਲਵਾਦਾਰ ਉੱਥੇ ਬਹੁ ਉੱਥੇ ਬਹੁ ਉੱਥੇ ਕੀ ਗੱਲ ਦੱਸੋ ਕੀ ਆ ਇੱਧਰ ਕਾਨੂੰਨ ਇੰਨਾ ਸੋਹਣਾ ਉੱਧਰ ਕਾਨੂੰਨ ਨੂੰ ਨਜ਼ਰ ਲੱਗੀ ਹੋਈ ਹੈ ਉਹ ਤੂੰ ਸੁਣਿਆ ਨਹੀਂ ਉਹ ਕਾਲਾ ਕਾਨੂੰਨ ਕਾਲਾ ਕਾਨੂੰਨ ਕਦੇ ਵੇਖਿਆ ਇਹ ਕਾਲਾ ਕੂੜਾ ਕੋਈ ਨਹੀਂ ਹੈਗਾ ਹਾਂ ਐਵੇਂ ਦੋ ਧੁੱਪਾਂ ਵੱਧ ਲੱਗਦੀਆਂ ਇਹਨੂੰ ਫੜ ਕੇ ਉੱਥੇ ਬਾ ਮੁੜ ਜਾਵਾਂ ਮੈਂ ਕਿ ਉਹ ਵੀ ਪੁਲਿਸ ਜੀ ਹੈਗਾ ਹਾਂ ਹਾਂ ਪੁਲਿਸ ਜੀ ਉਹਦੇ ਕਲਮਾ ਤੇ ਸੁਣ ਲਓ बेटा उन्नी भी नहीं उन्नी सौ भी लगता जी नाम से चार को आप लैटर बक्स बन के फिर डी आ तू कानून है कि उंगलों ने तू कानून हो ही नहीं सकता कानून तो अन्ना होंगे लाजी मेरा मामा सी ओदे घर परसों डाका पै गया लाजी डाकू आ गए उन्हें ना कर दो जो कुछ करना है उन्होंने कलाशन को फड़ ली डाकू नस गए थोड़ी देर में पुलिस आ गई कहते मैं सुने थोड़े को कलेक्शन को उन्हें कहा भाई जान साल गिरा है बच्चे ने तोहफा मिले खिडौना है पुलिस ने वेख्या वाकई खिडौना सी पुलिस चली गई डाकू आ गए ਤੁਹਾਡੀਆਂ ਮੌਜਾਂ ਲੱਗੀਆਂ ਅਸੀਂ ਤੇਰਾ ਕੀ ਖਿਆਲ ਆਈ ਬੂਪਰ ਅਸੀਂ ਭੇੜੇ ਤੁਹਾਡੇ ਘਰ ਆਈ ਡਾਕੂ ਅਸੀਂ ਮਰ ਗਏ ਆਪ ਗੱਲਾਂ ਬਣਾਈਆਂ ਸਾਡੇ ਬਾਰੇ ਖਬਰਦਾਰ ਸਾਡੇ ਅੰਦਰ ਤਾਂ ਮਜਬੂਰ ਹੀ ਕੋਈ ਜਵਾਨਾ ਕੋਈ ਕਿ ਪੁਲਿਸ ਵਾਲਾ ਹੈਗਾ ਸੀ ਅਸੀਂ ਕੌਮ ਦੇ ਸਾਧਵਾਂ ਨੌਕਰਾਂ ਹੀ ਅੱਛਾ ਅਸੀਂ ਸਿੱਧਾ ਕਰਦੇ ਮਰ ਗਏ ਕੌਮ ਦੀਆਂ ਤੁਸੀਂ ਸੌਣ ਜੁੱਤੀ ਤਾਂ ਨਹੀਂ ਲਿਆ ਚਿਕਰ ਤੋਂ ਬਾਹਰ 2 ਵਜੇ ਤੱਕ ਟਾਈਮ ਨਹੀਂ ਕਰ ਚਾਹੋ ਹੀ ਖਰਾਬ ਕਰ ਦਿਉਂਦੀ ਤੇ ਨਹੀਂ ਲਾ ਜੀ ਮਲਕ ਸਾਹਿਬ ਦੇ ਭਰਾ ਦੇ ਘਰ ਡਾਕਾ ਪਿਆ ਮਲਕ ਸਾਹਿਬ ਦੇ ਭਰਾ ਮਲਕ ਸਾਹਿਬ ਦੇ ਭਰਾ ਦੇ ਘਰ ਡਾਕਾ ਪੈ ਗਿਆ ਫਿਰ ਡਾਕਾ ਪੈ ਗਿਆ ਤਾਂ ਉਹਨਾਂ ਨੇ ਡਾਕੂ ਨੂੰ ਫੜ ਲਿਆ ਆਹੋ ਬੱਲੇ ਬਹਾਦਰੋ ਉਹ ਇੱਕ ਡਾਕੂ ਕਹਿਣ ਲੱਗਾ ਮੈਂ ਕਿਹਾ ਚੋਈ ਸਾਹਿਬ ਮੇਰਾ ਖਿਆਲ ਹੈ ਇਹਨਾਂ ਨੇ ਸਾਨੂੰ ਪਛਾਣ ਲਿਆ ਉਹਨੇ ਕਿਹਾ ਉਹਨਾਂ ਨੂੰ ਕੀ ਪਤਾ ਸੀ ਕਿਹੜੇ ਥਾਣੇ ਲੱਗੇ ਹੋਏ ਤੁਹਾਡੇ ਸਦਕੇ ਜਾਵਾਂ ਤੁਹਾਨੂੰ ਸਾਰਾ ਦੀ ਜਾਗ ਰਹਿਣਾ ਉਹ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਕਿਤੇ ਕੰਮ ਕਰਨ ਦਾ ਸ਼ਾਹੀ ਮੈਂ ਕਿਹਾ ਸਾਡੀ ਫੋਟੋ ਖਿੱਚੋ ਕੀ ਪਤਾ ਜ਼ਿੰਦਗੀ ਦਾ ਚੁੱਪਾ ਫੋਟੋ ਖਿੱਚ ਕੇ ਸਵੇਰੇ ਅਖਬਾਰ ਜੀ ਦੇ ਆਲਾ ਮੈਂ ਆਪਣੇ ਕੁੱਤੇ ਕੇ ਸਾਥ ਉਧਰ ਦਫਾ ਹੋ ਸਲੂਟ ਮੋੜ ਜੇ ਮਾ ਉਹ ਤੇ ਗੋਲ ਟੋ ਟੋ ਕੇ ਬੈਣਾ ਪਿਆ ਸਲੂਟ ਮਾਰਾ ਸਲੂਟ ਖਬਰਦਾਰੀ ਨਹੀਂ ਉਹਦਾ ਸਲੂਟ ਨਾ ਮਾਰੀ ਓਏ ਲੰਦ ਸਾਰਾ ਦਿਨ ਸਲੂਟ ਹੀ ਮਾਰਦਾ ਨਾਲ ਨਾਲ ਬੈਠੀ ਹੈ ਨਾਲ ਬੈਠੀ ਫੇਰ ਤਾਂ ਮੁਕਰੀ ਨਾ ਲੈ ਬਹਿ ਬਹਿ ਦੇ ਸੀ ਲੱਗਦਾ ਨਹੀਂ ਨਹੀਂ ਨਾ ਦੁੱਖ ਮ ਲੰਗਾ ਪਿਆ ਹੋਇਆ
ਹੁਣ ਚੰਗਾ ਰਿਹਾ ਲੈ ਦੱਸ ਪੁੱਠੀ ਸੈਸ ਕਰ ਛੱਡੀ ਸਾਰੀ ਲਾਲ ਵੀ ਦਹੀਂ ਕਦੀ ਹੋਇਆ ਓਏ ਉੱਧਰ ਹੋ ਗਿਆ ਖਲੋ ਪਤਾ ਮੀਜਾ ਕਰਨ ਦਿਆ ਉਹ ਮੁਰਜਮ ਦੇ ਨਾਲ ਰਲਣ ਬੈਨਾ ਇਹਨੇ ਖਬਰਦਾਰ ਜੇ ਰੋਈਆਂ ਡੰਡਾ ਮਾਰਨਾ ਤੇਰੇ ਲੱਗ ਜੇ ਐਡੀ ਤੂੰ ਭੋਲੀ ਬਣੀ ਆ ਹੁਣ ਬੰਦੇ ਲੜਦੀ ਆ ਅੱਛਾ ਛੱਡੀਆਂ ਲੜਦੀ ਆ ਇਮਾਨ ਇਹਦੇ ਨਾਲ ਇੱਕ ਜਨਾਨੀ ਹੋਰ ਜਵਾਨ ਜੀ ਨੂੰ ਕੁੜੀ ਹੋ ਅੱਛਾ ਬਿੱਲੋ ਨਾ ਆਇਆ ਉਹਦਾ ਬਿੱਲੋ ਆਹੋ ਹੈਗੀ ਏ ਕਿੱਥੇ ਹੋ ਐ ਬਾਹਰ ਗਏ ਆ ਇਨਸਪੈਕਟਰ ਇਹ ਕੌਣ ਐ ਮਰੀਂਡਾ ਓ ਬਿੱਲੋ ਐ ਬਿੱਲੋ ਏ ਇੱਧਰ ਮਾਰ ਉੱਧੇ ਦਵੇ ਹੋ ਰੋਂਦੀ ਫੈਸ਼ਨਾਂ ਨੂੰ ਹਾਂ ਲੁੱਟਨੇ ਬੰਦੇ ਨੇ ਕਰਨੇ ਫੈਸ਼ਨ ਡੰਡਾ ਮਾਰੇ ਬੰਦਾ ਤੇਰੀਆਂ ਅੱਖਾਂ 'ਚ ਇਹਨਾਂ ਗੱਡੀ ਲੁੱਟੀਆਂ ਪਾਸੋਂ ਜਾਦ ਮਾਰੋ ਕਿਵੇਂ ਆ ਨਹੀਂ ਕੁੜੀ ਜਿਹੜੀ ਆਪਣੇ ਨਾਲ ਸੋਹਣੀ ਬਣੀ ਆ ਆਹੋ ਆਹੋ ਇਹ ਉਹ ਗੱਡੀ ਦੇ ਭਾਈ ਦੇ ਨਾਲ ਆਉਂਦੀ ਸੀ ਤੇ ਬੈਠ ਗਈ ਤੇ ਉਹ ਪਿਛਲੀ ਜਿਹੜੀ ਆ ਮੋਟੋ ਉਹ ਪਿੱਛੇ ਜਾ ਬੈਠੀ ਤੇ ਪਿੱਛੋਂ ਵੱਡੀ ਵਾਲੀ ਜੁੱਤੀ ਲਾ ਕੇ ਡਰਾਈਵਰ ਦੇ ਕੰਨ ਤੇ ਮਾਰੀ ਲਾਉਂ ਦੀ ਗੋਲਾਂ ਵਿਚਾਰੇ ਦਾ ਉਹਨੂੰ ਟਿੱਕਾ ਦੇ ਕੇ ਬਾਹਰ ਸੁੱਟਿਆ ਆਪ ਗੱਡੀ ਲੈ ਕੇ ਗਾਹ ਹੋ ਗਈਆਂ ਤੁਹਾਡੀਆਂ ਮੌਜਾਂ ਲੱਗੀਆਂ ਹੈ ਐਸਾ ਨਾ ਹੋਇਆ ਕਰ ਐਸਾ ਨਾ ਨਾ ਢੇਡੂ ਰੋਣ ਦੇ ਚੱਲ ਵੇ ਬਿਮਾਰ ਬੱਕਰੀਏ ਮੈਂ ਬੱਕਰੀਆਂ ਹਾਂ ਅੰਮਾ दस ने की वारदात की शहर चुछो तू करानी होगी पता बेचारी इंस्पेक्टर सिद्धा अच्छा थानेदार साहब हां मुझे पहले ही पता सी तू नजूबी दी थी यानी तेनु पहले पता होगा हां डंडा मारे बंदा तेरे थानेदार साहब हां मुझे पहले ही पता सी कि मेरे वर्गे गुड़िया दा है अंजाम होता पर अफसोस मेरे पास आना है कि जितने तक मैं जुर्म करती रही कानून मेरे तक नहीं पहुंच सका तो जितने मैं अपने जमीन का वादा किया कि मैं जुर्म नहीं करूंगी मैं आप कानून के स्कंजे च आ गई तेरे सदके जावा तेरा की मतलब है अही ओस ने जिसे जुर्म होंदे होता अही मरना ना ਸਾਡੇ ਵੀ ਗਿਆ ਜਾਂਦਾ ਬਗਦੀ ਆ ਗਈ ਸਾਲਾ ਕੱਟ ਮਾਰੀ ਬੰਦੇ ਤੁਹਾਡੇ ਤੁਸੀਂ ਲੁੱਟੋ ਲੋਕਾਂ ਨੂੰ ਅਸੀਂ ਮਾਰ ਗਏ ਆ ਇੱਥੇ ਤੁਹਾਨੂੰ ਮੈਂ ਸਾਰਾ ਕੁਝ ਤੇ ਦੱਸਿਆ ਜੀ ਇਹ ਨਾ ਮੋਟੋ ਇਹਨੇ ਤੈਨੂੰ ਗਵਾਹ ਕੀਤਾ ਹੀ ਥਾਨੇਦਾਰ ਤੂੰ ਬਿੱਲੋ ਕੋਈ ਨਹੀਂ ਤੂੰ ਗੁੱਡੋ ਗੁੱਡੋ ਇਹ ਐਡੀ ਗਵਾਹ ਤੋਂ ਐਡੀ ਕੁਝ ਗਵਾਹ ਕੀਤਾ ਇਹਨੇ ਨਹੀਂ ਨਹੀਂ ਹੋਈ ਤੇਰੇ ਪਿਓ ਨੂੰ ਐਡੀ ਸੀ ਯਾਰ ਐਡਾ ਤੇ ਕੁੱਤੇ ਦਾ ਬੱਚਾ ਹੁੰਦਾ ਨਹੀਂ ਬਾਅਦ ਚ ਵੱਡਾ ਹੋ ਜਾਂਦਾ ਬੇਕੁਦ ਸੇ ਚਲਾ ਜਾਂਦਾ ਹਾਂ तू बिलो नहीं तू गुडो इन्हें एडी को गवाह किया छोटी कर ਹੋਰ ਛੋਟੀ ਕਰ ਐਡੀ ਹੋਰ ਐਡੀ ਹੋਰ ਐਡੀ ਹੋਰ ਇਹ ਜੰਮਨ ਤੋਂ ਪਹਿਲੇ ਅਗਵਾ ਕਰ ਲਈ ਤੂੰ ਇਹ ਲੰਮੀ ਪਈ ਸੀ ਲੰਮੀ ਪਈ ਤੂੰ ਬਿਲੋ ਨਹੀਂ ਗੁੱਡੋ ਤੂੰ ਤੇਰੇ ਦਾਫੀ ਤੇਰੀ ਬੇਬੇ ਪਾਗਲ ਹੋਈ ਫਿਰਦੀ ਆ ਤੈਨੂੰ ਪਤਾ ਤੂੰ ਅੱਜ ਅੱਲਾ ਦਾ ਵਾਸਤਾ ਜੇ ਮੈਨੂੰ ਕੋਈ ਜਣਾ ਦੱਸ ਦੇ ਮੇਰੀ ਗੁੱਡੋ ਕਿੱਥੇ ਹੈਗੀ ਜੇ ਉਹ ਆ ਵੇਖ ਲੋ ਐ ਐ ਉਹ ਹੈ ਐ ਗੁੱਡੋ ਇਹ ਮੇਰੀ ਗੁੱਡੋ ਹੈ ਆਹ ਹਾਂ ਬਿਲਕੁਲ तेरी तिया थानेदार मैं क्या सभी मिल रही है आए काश मैं गुड्डो होता काश मैं गुड्डो की मां होता फिर मैं पास राज ही होता खुशबू आ ਏ ਮੁਰਜਮਾ ਨਹੀਂ ਨਹੀਂ ਇਹਨੇ ਬੰਦੇ ਲੁੱਟੇ ਨਹੀਂ ਐ ਬੇ ਕਿੰਨੀ ਪੋਲੀ ਹੋ ਕਿੰਨੀ ਮਸੂਮ ਹੀ ਉਹ ਵੀ ਮਸੂਮ ਆ ਲੈ ਇਹ ਵੀ ਮਸੂਮ ਹੈ ਹਾਂ ਐ ਮਸੂਮ ਹੈ ਤੇ ਅਸੀਂ ਤੇ ਫਿਰ ਪੈਦਾ ਹੀ ਨਹੀਂ ਹੋਏ ਐ ਬੇ ਕਿੰਨੀ ਮਸੂਮ ਹੈ ਇਹਨੂੰ ਛੱਡਦਾ ਸਦਕੇ ਆਹ ਕਹਦੀ ਆ ਮਸੂਮ ਉਹਨੇ ਬੰਦੇ ਲੁੱਟੇ ਹਟਿਆ ਲੁੱਟ ਉਹ ਵੀ ਮਸੂਮ ਆ ਤੂੰ ਵੀ ਮਸੂਮ ਇਹ ਵੀ ਮਸੂਮ ਖੋਚ ਤੇ ਆਹੀ ਜਣਾ ਹਾਂ ਔਰ ਨਹੀਂ
जाके फुहारे को खलो जाते हम ते दूरों मारे नी नर के से अंदर ही आया गलत पछाने जनाब तुसी गलत पछाने अखा कि सोहनिया ने वो तो है ने जी किथे ने मान लगा चीता च तकन दे मैं क्या जी जी ए कि नकरू ताला लाया हो या कोई अंगूठा ला के तनखा ला गया अल्लाह दी शान देखो मुंह बांधे जबान बाहर आई हुई है कल्ली मेरी नहीं की ए नाल तुहाडी भी है माच बड़ी पतली हो गई है ओए सबके जावा ओए अंडी खुली पैंट पाई हुई है इधर आयो एदे जे पतावा पवा लो देखो ना तू साल हो गया इत्थे आ जावे दिखाओ जरा बड़ी जगह ना जी हूं ग्रेस निकली है हूं फिर की बदतमीजी की बदतमीजी करते हो जनाब तुम पछाने नहीं दरअसल नहीं मैं तो पछाण लिया जेल उठते ही अलफला दे रात को आ कहीं ऐसे कुछ मिले होता जनाब तुसी ये दसो कि मलक सफदर साहब दा घर है ये हां ए होई ए असी इंश्योरेंस कंपनी वालों आए हां अच्छा अच्छा उकाड़े आए हो मां गदा अच्छा ने भेजा होना तानो हुन सही पहचान हां जी ठीक है ठीक है मलक सफदर साहब ने साडे को इंश्योरेंस करवानी सी मां माल भी ताडे रीमा वर के गए ने की बदतमीजी करन दे नहीं नहीं तुसी तमीज करो अच्छा इंश्योरेंस करानी है मलक सफदर साहब किथे ने बुलाओ जरा ओ दा वकील दे कोल गए ने ठीक है ਤੁਸੀਂ ਮਲਕ ਸਰਦਾਰ ਸਾਹਿਬ ਦੀ ਜਾਇਦਾਦ ਦੇ ਬਾਰੇ ਮਾਲੂਮਾਤ ਦੇ ਸਕਦੇ ਹੋ ਹਾਂਜੀ ਤੁਹਾਡੇ ਕੋਲ ਪੁੱਛ ਲੈਨੇ ਜੀ ਚੰਦ ਸਵਾਲ ਕਰਾਂਗੇ ਅਸੀਂ ਤੁਹਾਡੇ ਅੱਗੇ ਹੁਕਮ ਤੇ ਇੱਕ ਗੱਲ ਸਾਡੀ ਯਾਦ ਰੱਖੋ ਜੀ ਜਿਹੜਾ ਵੀ ਸਵਾਲ ਅਸੀਂ ਕਰੀਏ ਤੁਸੀਂ ਸਵਾਲ ਦਾ ਜਵਾਬ ਦੇਣਾ ਹੈ ਅੱਗੋਂ ਗੱਲ ਨਹੀਂ ਕਰਨੀ ਠੀਕ ਹੈ ਜੀ ਇਹ ਦੱਸੋ ਕਿ ਲਾਹੌਰ ਤੋਂ ਬਾਹਰ ਮਲਕ ਸਰਦਾਰ ਸਾਹਿਬ ਦੀ ਕਿੱਥੇ ਕਿੱਥੇ ਜਾਇਦਾਦ ਹੈ ਜੀ ਐ ਗੁਜਰਾਂਵਾਲਾ ਲਾਹੌਰ ਅੱਗੋਂ ਗੱਲ ਨਹੀਂ ਕਰਨੀ ਦੱਸੋ ਲਾਹੌਰ ਚ ਕਿਹੜੀ ਕਿਹੜੀ ਬੈਂਕ ਚ ਉਹਨਾਂ ਦੇ ਅਕਾਊਂਟ ਨੇ ਜੀ ਯੂਬੀਐਲ ਅੱਗੋਂ ਗੱਲ ਨਹੀਂ ਕਰਨੀ ਜਿਹੜਾ ਸਵਾਲ ਪੁੱਛੀਏ ਉਹ ਸਵਾਲ ਦਾ ਜਵਾਬ ਦੇਣਾ ਹੈ ਅੱਗੋਂ ਗੱਲ ਨਹੀਂ ਕਰਨੀ ਲਾਹੌਰ ਦੇ ਵਿੱਚ ਕਿੱਥੇ ਕਿੱਥੇ ਉਹਨਾਂ ਦੀਆਂ ਕੋਠੀਆਂ ਨੇ ਜੀ ਗੁਲਬਰਗ ਦੀ ਅੱਗੋਂ ਗੱਲ ਨਹੀਂ ਕਰਨੀ ਦੱਸੋ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਨੇ ਲਾਹੌਰ ਚ ਪਲਾਟ ਲਏ ਨੇ करते पे हो जनाब ये की करते हो दसन दिया अगो गल नहीं कर लिया बोलते हाथ किस तरह दसा तेन ज
जनाब मैं अर्ज की सवाल का जवाब देना अगो गल नहीं करनी। अच्छा भाई करो गल। केड़ी केड़ी बैंक चुना दे अकाउंट ने? हबीब बैंक, यूनाइटेड बैंक। अगो गल नहीं करनी। पिछो बोलन दे जनाब। मेरा नाम मलिक सफदर है जी। असि इंश्योरेंस कंपनी वालों आए जी। अच्छा अच्छा माफी चाहना जी, माफी। बहुत बदतमीज आदमी है जी, इन्हू किसी बंदे की इज्जत का एहसास ही नहीं कर रहे हैं। यार को हया करो कि बगैरत घर आ ही गया यार। इज्जत बिल्कुल तमीज नहीं जी, कोई लांती का पुत्र तेरे नाल गल करन दे है। ओ इज्जत करो जनाब। इज्जत इज्जत करन दे है यार, कोई हया करो। अगर कोई खोते की नस्ल घर च आई बड़ी है। तुसी लोगों ने बिल्कुल खोता घोड़ा ही बराबर किया है। माफी चाहने। माशाल्लाह बड़े टोए ने तुहाडे मुंह ते पा जी। मीह पवे हफ्ता हफ्ता पानी ते खलोंदा ही होना है। अमान नलेरे मुंह ते एने टोए ने ना, ए नाई को शेव नहीं करा सकता। नाई को शेव करान जांदा होना, नाई कहंदा ना पाजी पहले मुंह च किन्नो फसाओ। नहीं नहीं घर ही कर लैंदा। किधे दे घर? शॉप ना लख्या विच मुंह पा के आई। जी दसो। तुसी सानू इंश्योरेंस वास्ते बुलाया सी? हाँ जी मैं बुलाया सी। इंश्योरेंस के बारे मालूमात चाहिए। हाँ हाँ पूछो। चंद सवाल करांगे असी तुहाडे अगे। जी जी। एक गल साडी याद रखो जी, असी जेड़ा भी सवाल करिए तुसी सवाल का जवाब देना अगो। हाँ जी अगो। इनू इनू अंदर भेजो जनाब। तुसी गल करो, ओदे कोलो लीड लई, तुसी गल करो। सवाल है जी कि जेड़ा असी सवाल करिए तुसी सवाल दा जवाब देना। जी जी अगो गल। मैं क्या एक गल तो दसो जी भाजी, तुसी जुत्ती वेख के चुप कर जांदे हो, मां मोची ना फसी रही है। यार की बंदा है यार। सारी गल हुण अगे नाल कर देना। इत्थे जिहड़ी रहिंदी है मेरी वजह तों कित्थों होई है? होर किहदी वजह नाल? एवें देर शेर कोई नहीं होई। अब्बा जी नहीं आए, कितना मजा आया सारी पार्टी दा। तुसी क्यों नहीं आए जी पार्टी? छे देगा पकाईयां अब्बा जी, छे देगा। अच्छा एक देग बच गई सी, ਤੁਸੀਂ ਨਹੀਂ ਆਏ, ਕੁੱਤੇ ਨੇ ਮੂੰਹ ਮਾਰ ਲਿਆ। ਚੰਗਾ ਸੀ ਤੁਸੀਂ ਆਪ ਮਾਰ ਦੇ। ਇਹ ਹੁਣ ਸਾਨੂੰ ਤੂੰ ਕੁੱਤਾ ਕੁੱਤਾ ਕਵੇਂਗਾ? ਦੇਖ ਲੈ ਬੇਟਾ ਕੀ ਹੋਣ ਡਿਆ ਤੇਰੇ ਪਿਓ ਨਾਲ। ਯਾਰ ਕੋਈ ਗੱਲ ਆ ਕਰਨ ਨਾਲ, ਵਕੀਲ ਕੋਲ ਗਿਆ, ਉਹਨੇ ਵੀ ਇਹੀ ਕਿਹਾ ਕਿ ਇਹ ਸ਼ਕੀਲਾ ਦੇ ਨਾਨਕਿਆਂ ਦੀ ਜਾਇਦਾਦ ਆ, ਉਹਦੇ ਹੀ ਨਾਮੇ ਹੁਣ। ਦੇਖੋ ਬੇਟਾ ਮੇਰੀ ਗੱਲ ਸੁਣ, ਮੈਂ ਤੁਹਾਡੇ ਨਾਲ ਕਰਨਾ ਸੁਲਾ। ਠੀਕ। ਮੈਂ ਆਪਣੇ ਹਥਿਆਰ ਸੁੱਟੇ, ਤੁਹਾਡੇ ਵਿਆਹ ਹੋ ਗਏ, ਤੁਸੀਂ ਜਵਾਨੀਆਂ ਮਾਰੋ, ਹੱਸੋ ਖੇਡੋ, ਜਾਇਦਾਦ ਤੁਹਾਡੀ, ਮੌਜ ਮੇਲੇ ਤੁਹਾਡੇ, ਲੇਕਿਨ ਸਿਰਫ ਇੱਕ ਮੇਰਾ ਛੋਟਾ ਜਿਹਾ ਕੰਮ ਕਰ ਦੇ। ਦੱਸੋ ਕੀ? ਬੇਟਾ ਮੇਰਾ ਵਿਆਹ ਕਰਾ ਦੇ। ਬਸ ਬਸ ਹੁਣ ਤਿਆਰੀਆਂ ਕਰਕੇ ਆਇਆ ਨੇ। ਅੱਛਾ ਬਿਲਕੁਲ ਤਿਆਰੀਆਂ ਹੋ ਰਹੀਆਂ ਨੇ, ਮਿਆਣੀ ਸਾਹਿਬ ਖੁਦਾਈ ਜਾ ਰਹੀ ਹੈ। ਉਹ ਇਹਨੂੰ ਲਟਾ ਦਿਓ ਜੇ ਦੀ, ਦੁਲਹਨ ਲੈ ਕੇ ਆਓ। ਦੁਲਹਨ ਆ ਗਈ ਮੇਰੀ?
सदके जावा बेटा तू तो लंघ जल लारिया सर वाले मान जवारिया सर वाले आराम ना गा तू सिलेंसर कढ़ाया है। अबा जी आओ किथे बैठो पूरी आवाज कढ़ो पूरी आवाज बेटा चलो अपने अपने कमरे चलो चलो भाई हाँ जी स्वा कितने जा रहे पाशा भी शादी हो गई है जी भी आहो कदी ते बेवा होएगी हाँ बेटा छुआरे सारे खा ले या कोई बचाए भी है चल चल अब्बा जी नु कले छड़ दे अब्बा जी हाँ बेटा गल ते दसो पूछो बेटा ए रात सोण वेले तू जलेबियां खाओ ते की असर होंदा ए बेटा हुन तैनू सवेरे दसांगा मलिक साहब मां मुबारक होवे बच्चियां दी बिस्मिल्लाह बिस्म हाय बे मर गया मेरा सब